ਹੈਲੋ ਐਵਰੀਵਨ, ਕਿਵੇਂ ਹੋ ਸਾਰੇ? ਉਮੀਦ ਹੈ ਸਾਰੇ ਬਹੁਤ ਵਧੀਆ ਹੋਣਗੇ, ਬਹੁਤ ਵਧੀਆ ਤੁਹਾਡੀ ਤਿਆਰੀ ਚੱਲ ਰਹੀ ਹੋਣੀ। ਸੋ ਆਪਾਂ ਪਹਿਲਾਂ ਇੱਕ ਤੁਹਾਨੂੰ ਕਲਾਸ ਲੈ ਕੇ ਆਏ ਹਾਂਗੇ ਪੋਲੀਟੀਕਲ ਸਾਇੰਸ ਦੀ, ਜਿਹਦੇ ਵਿੱਚ ਆਪਾਂ ਕੁਛ ਕੁ MCQ ਕਰੇ ਸੀਗੇ। ਸੋ ਇਹ ਤੁਹਾਡੀ ਸੈਕਿੰਡ ਕਲਾਸ ਆ ਜਿਹਦੇ ਵਿੱਚ ਆਪਾਂ ਜਿਹੜੇ ਕਿ ਰਹਿ ਗਏ ਆਪਣੇ ਫਰਦਰ ਅੱਗੇ ਆਪਾਂ MCQ ਸੋਲਵ ਕਰਾਂਗੇ। ਸੋ ਇਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜੇ ਆਪਾਂ ਹੁਣ MCQ ਕਰ ਰਹੇ ਹਾਂਗੇ ਇਹ ਬਹੁਤ ਇੰਪੋਰਟੈਂਟ ਨੇ, ਅਤੇ ਇੱਦਾਂ ਦੇ ਹੀ MCQ ਤੁਹਾਨੂੰ ਕੁਐਸਚਨ ਦੇ ਵਿੱਚ ਪੁੱਛੇ ਜਾਣਗੇ। ਜਿਹੜੇ ਆਪਾਂ ਪੋਲੀਟੀਕਲ ਸਾਇੰਸ ਦੇ ਆਪਾਂ MCQ ਸੋਲਵ ਕਰਾਂਗੇ, ਇਹ ਸਾਰੇ ਹੀ ਤੁਹਾਡੇ ਕੌਂਸਟੀਟਿਊਸ਼ਨ ਦੇ ਅਕੋਰਡਿੰਗ ਹੋਣਗੇ, ਕੌਂਸਟੀਟਿਊਸ਼ਨ ਤੋਂ ਲਏ ਗਏ ਨੇ ਅਤੇ ਅਲੱਗ ਅਲੱਗ ਪਾਰਟ ਦੇ ਵਿੱਚੋਂ ਲਏ ਗਏ ਨੇ, ਤਾਂ ਕਿ ਆਪਣੀ ਪ੍ਰੋਪਰ ਘੱਟ ਸਮੇਂ ਵਿੱਚ ਅਤੇ ਆਪਣਾ ਸਾਰਾ ਜਿਹੜਾ ਪਾਰਟ ਉਹ ਕਵਰ ਹੋ ਜਾਵੇ। ਓਕੇ, ਚਲੋ ਬਿਨਾਂ ਦੇਰੀ ਕੀਤੇ ਆਪਾਂ ਸਟਾਰਟ ਕਰਦੇ ਹਾਂ ਆਪਾਂ ਅੱਜ ਦੇ MCQ। ਸੋ ਨੈਕਸਟ ਆਪਾਂ ਦੇਖਦੇ ਹਾਂ, ਪਹਿਲਾਂ ਆਪਾਂ ਕਿੰਨੇ ਕਰ ਲਏ ਸੀਗੇ, ਆਪਾਂ ਉਹ ਪੇਜ ਦੇ ਉੱਪਰ ਆਉਣੇ ਹੈਗੇ। ਹਾਂ, ਇੱਥੋਂ ਤੱਕ ਆਪਣੇ ਹੋ ਗਏ ਸੀਗੇ। ਓਕੇ ਜੀ, ਹੁਣ ਨੈਕਸਟ ਆਪਾਂ ਸਟਾਰਟ ਕਰਦੇ ਹਾਂਗੇ। ਜਿਹੜਾ ਆਪਣਾ ਫਸਟ ਕੁਸ਼ਚਨ ਹੈਗਾ ਸਕਰੀਨ ਦੇ ਉੱਪਰ ਆ ਗਿਆ ਹੈਗਾ, ਦੱਸੋ ਇਹਦਾ ਆਂਸਰ ਕੀ ਹੋਊਗਾ। ਕੁਸ਼ਚਨ ਤੁਹਾਨੂੰ ਰੀਡ ਕਰਕੇ ਦੱਸ ਦਿੰਦੇ ਹਾਂ। ਡੈਮੋਕ੍ਰੇਸੀ ਸੁਪੀਰੀਅਰ ਵਰਚੁਅਲ ਲਾਈ ਇਨ ਦਾ ਫੈਕਟ ਦੈਟ ਇਜ਼ ਕਾਲਡ ਇਨਟੂ ਐਕਟੀਵਿਟੀ। ਸੋ ਕਹਿੰਦੇ ਜਿਹੜੀ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਸੁਪੀਰੀਅਰ ਗੁਣ ਕਿਹੜਾ ਹੁੰਦਾ ਹੈਗਾ, ਸਭ ਤੋਂ ਉੱਤਮ ਗੁਣ ਕਿਹੜਾ ਹੁੰਦਾ ਹੈਗਾ ਡੈਮੋਕ੍ਰੇਸੀ ਦਾ, ਡੈਮੋਕ੍ਰੇਸੀ ਨਾਲ ਕੀ ਹੁੰਦਾ, ਉਹ ਫੈਕਟ ਕੀ ਹੁੰਦਾ ਹੈਗਾ, ਇਹ ਆਪਣੇ ਕੋਲ ਪੁੱਛਿਆ ਗਿਆ ਹੈਗਾ। ਸੋ ਆਪਸ਼ਨ ਨੰਬਰ ਏ ਆ ਦਾ ਇੰਟੈਲੀਜੈਂਸ ਐਂਡ ਕਰੈਕਟਰ ਦਾ ਆਰਡੀਨਰੀ ਮੈਨ ਐਂਡ ਵੂਮੈਨ ਦਾ ਮੈਥਡ ਫੋਰ ਸਟਰੈਂਥਿੰਗ ਐਗਜ਼ੀਕਿਊਟਿਵ ਲੀਡਰਸ਼ਿਪ ਇਹ ਸੁਪੀਰੀਅਰ ਇੰਡੀਵਿਜੁਅਲ ਵਿਦ ਡਾਇਨਾਮਿਕ ਐਂਡ ਵਿਜ਼ਨ ਜਾਂ ਫਿਰ ਇੱਕ ਬੌਂਡ ਡੈਡੀਕੇਟਿਡ ਪਾਰਟੀ ਵਰਕਰ। ਸੋ ਡੈਮੋਕ੍ਰੇਸੀ ਨਾਲ ਕੀ ਹੁੰਦਾ, ਇੱਕ ਬੌਂਡ ਬਣ ਜਾਂਦਾ ਕਿ ਡੈਡੀਕੇਟਿਡ ਵਰਕਰ ਦਾ, ਪਾਰਟੀਜ਼ ਦਾ ਨਹੀਂ, ਬਿਲਕੁਲ ਨਹੀਂ ਬੌਂਡ ਬਣਦਾ, ਬਿਲਕੁਲ ਇਹ ਸਹੀ ਨਹੀਂ ਹੈਗਾ। ਸੋ ਨੈਕਸਟ ਆ ਸੁਪੀਰੀਅਰ ਇੰਡੀਵਿਜੁਅਲ ਵਿਦ ਡੈਮੋਕ੍ਰੇਟਿਕ ਡਾਇਨਾਮਿਕ ਐਂਡ ਵਿਜ਼ਨ, ਆਪਸ਼ਨ ਸੀ। ਇੰਡੀਵਿਜੁਅਲ ਦਾ ਸੁਪੀਰੀਅਰ ਦਾ ਮਤਲਬ ਕਿ ਕੋਈ ਡਾਇਨਾਮਿਕ ਦਾ ਵਿਜ਼ਨ ਨਹੀਂ ਬਣਦਾ ਇੰਡੀਵਿਜੁਅਲ ਦਾ, ਇਹ ਵੀ ਗਲਤ ਹੈ। ਦਾ ਮੈਥਡ ਆਫ ਸਟਰੈਂਥਿੰਗ ਐਗਜ਼ੀਕਿਊਟਿਵ ਲੀਡਰਸ਼ਿਪ, ਸੋ ਜਿਹੜਾ ਕਿ ਆਪਣਾ ਐਗਜ਼ੀਕਿਊਟਿਵ ਲੀਡਰਸ਼ਿਪ ਹੁੰਦੇ ਨੇ ਆਪਣੇ, ਜਿਹੜੇ ਕਿ ਆਪਣੇ ਤਿੰਨ ਪਾਰਟ ਨੇ ਆਪਣੇ ਕੌਂਸਟੀਟਿਊਸ਼ਨ ਦੇ, ਐਗਜ਼ੀਕਿਊਟਿਵ, ਲੈਜਿਸਲੇਟਿਵ, ਠੀਕ ਹੈ, ਜੁਡੀਸ਼ਰੀ, ਇਹਦੇ ਵਿੱਚ ਦੱਸਿਆ ਗਿਆ ਹੈਗਾ ਕਿ ਸਟਰੈਂਥਿੰਗ ਹੁੰਦੀ ਹੈ। ਨਹੀਂ ਜੀ, ਆਪਸ਼ਨ ਨੰਬਰ ਏ ਇਹਦਾ ਸਹੀ ਆ। ਡੈਮੋਕ੍ਰੇਟਿਕ ਦੇ ਨਾਲ ਕੀ ਹੈਗਾ, ਆਪਣਾ ਮੈਨ ਅਤੇ ਵੂਮੈਨ ਦੇ ਜਿਹੜੇ ਆਰਡੀਨਰੀ ਕਰੈਕਟਰ ਨੇ, ਇਹਨਾਂ ਦੇ ਇੰਟੈਲੀਜੈਂਸ ਦੇ ਵਿੱਚ ਵਿਕਾਸ ਹੁੰਦਾ ਹੈਗਾ, ਪਲੱਸ ਸਾਰਿਆਂ ਨੂੰ ਇਕੁਐਲਿਟੀ, ਲੋਕ ਆਪਣੇ ਲੋਕਤੰਤਰ ਦੇ ਨਾਲ ਗੌਰਮੈਂਟ ਨੂੰ ਚੁਣਦੇ ਨੇ, ਮੈਨ ਹੋਵੇ ਵੂਮੈਨ ਹੋਵੇ ਸਾਰੇ ਵੋਟ ਪਾਉਂਦੇ ਨੇ। ਓਕੇ, ਸੋ ਆਪਸ਼ਨ ਨੰਬਰ ਏ ਤੁਹਾਡਾ ਰਾਈਟ ਹੋ ਜੀ। ਥੋੜ੍ਹੇ ਫਾਸਟ ਕਰਾਂਗੇ ਆਪਾਂ ਕਿਉਂਕਿ ਆਪਣੇ ਕੁਸ਼ਚਨ ਫਿਰ ਰਹਿ ਜਾਂਦੇ ਨੇ। ਚਲੋ ਨੈਕਸਟ ਕੁਸ਼ਚਨ ਤੁਹਾਡਾ ਲੌਂਗ ਕੁਸ਼ਚਨ ਹੈ ਇਹ, ਪਰ ਦੇਖਾਂਗੇ ਆਪਾਂ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਰਿਗਾਰਡਿੰਗ ਦਾ ਕੌਂਸਟੀਟਿਊਸ਼ਨ ਅਸੈਂਬਲੀ, ਸੋ ਜਿਹੜੀ ਕੌਂਸਟੀਟਿਊਸ਼ਨ ਅਸੈਂਬਲੀ ਤੋਂ ਇਹ ਕੁਸ਼ਚਨ ਪੁੱਛਿਆ ਗਿਆ ਹੈਗਾ। ਸੋ ਕੌਂਸਟੀਟਿਊਸ਼ਨ ਅਸੈਂਬਲੀ ਕਦੋਂ ਬਣੀ ਸੀ ਇਹ? ਇਹ ਬਣੀ ਸੀ 1946 ਦੇ ਵਿੱਚ ਬਣੀ ਸੀ, ਜਿਹਨੇ ਆਪਣਾ ਸੰਵਿਧਾਨ ਬਣਾਇਆ, ਕੌਂਸਟੀਟਿਊਂਟ ਅਸੈਂਬਲੀ ਬਣੀ ਸੀ। ਓਕੇ, ਸੋ ਸੰਵਿਧਾਨਿਕ ਅਸੈਂਬਲੀ, ਸੰਵਿਧਾਨਿਕ ਸਭਾ ਬਣੀ ਸੀਗੀ 1946 ਦੇ ਵਿੱਚ, ਬਣੀ ਸੀ 1946 ਦੇ ਵਿੱਚ ਇਹ ਆਪਣੀ ਬਣੀ ਸੀ। ਓਕੇ ਜੀ, ਚਲੋ ਹੁਣ ਇਹਦੇ ਵਿੱਚੋਂ ਆਪਣੇ ਤੋਂ ਕੁਸ਼ਚਨ ਪੁੱਛਿਆ ਗਿਆ ਕਿ ਕਿਹੜਾ ਸਹੀ ਹੈ ਅਤੇ ਕਿਹੜਾ ਇਹਨਾਂ ਦੇ ਵਿੱਚੋਂ ਗਲਤ ਹੈ। ਸੋ ਆਪਣੇ ਕੋਲ ਫਸਟ ਆ ਗਿਆ ਦਾ ਅਸੈਂਬਲੀ ਵਾਜ ਇਲੈਕਟਡ ਇਨਡਾਇਰੈਕਟਲੀ ਬਾਈ ਦਾ ਮੈਂਬਰ ਆਫ ਪ੍ਰੋਵੀਜ਼ਨ ਲੈਜਿਸਲੇਟਿਵ ਅਸੈਂਬਲੀ। ਸੋ ਜਿਹੜੇ ਇਹਦੇ ਮੈਂਬਰ ਸੀ, ਕਿੰਨੇ ਮੈਂਬਰ ਸੀਗੇ ਇਹਦੇ ਵਿੱਚ ਟੋਟਲ, ਆਪਣੇ ਜਿਹੜੇ ਮੈਂਬਰ ਸੀਗੇ ਜਦੋਂ ਆਪਣਾ ਸੰਵਿਧਾਨ ਬਣਨਾ ਸਟਾਰਟ ਹੋਇਆ 1946 ਦੇ ਵਿੱਚ, 1946 ਦੇ ਵਿੱਚ ਆਪਣਾ ਸੰਵਿਧਾਨ ਬਣਨਾ ਸਟਾਰਟ ਹੋਇਆ ਹੈਗਾ। ਓਕੇ, ਸੋ ਉਸ ਟਾਈਮ ਮੈਂਬਰ ਕਿੰਨੇ ਸੀਗੇ? 389 ਉਸ ਟਾਈਮ ਆਪਣੇ ਟੋਟਲ ਮੈਂਬਰ ਸੀ। ਕਿੰਨੇ ਮੈਂਬਰ ਸੀਗੇ? 389 ਆਪਣੇ ਟੋਟਲ ਮੈਂਬਰ ਸੀਗੇ। ਲੇਕਿਨ 1946 ਦੇ ਵਿੱਚ ਸੀ ਜਦੋਂ ਆਪਣਾ ਦੇਸ਼ ਆਜ਼ਾਦ ਨਹੀਂ ਹੋਇਆ। ਆਪਣਾ ਦੇਸ਼ ਕਦੋਂ ਆਜ਼ਾਦ ਹੋਇਆ? 1947 ਦੇ ਵਿੱਚ। ਸੋ ਇਹ ਕਦੋਂ ਸੀਗੇ? ਇਹ ਆਜ਼ਾਦੀ ਤੋਂ ਪਹਿਲਾਂ।
ਆਜ਼ਾਦੀ ਤੋਂ ਬਾਅਦ ਕਿੰਨੇ ਮੈਂਬਰ ਰਹਿ ਗਏ ਸੀਗੇ? ਆਜ਼ਾਦੀ ਤੋਂ ਬਾਅਦ ਮੈਂਬਰ ਰਹਿ ਗਏ ਸੀਗੇ? ਆਜ਼ਾਦੀ ਤੋਂ ਬਾਅਦ ਕਿੰਨੇ ਮੈਂਬਰ ਰਹਿ ਗਏ ਸੀਗੇ? 292, 292 ਮੈਂਬਰ ਆਪਣੀ ਆਜ਼ਾਦੀ ਤੋਂ ਬਾਅਦ ਸੰਵਿਧਾਨਿਕ ਸਭਾ ਦੇ ਵਿੱਚ ਰਹਿ ਗਏ ਸੀ। ਸੋ ਇਹ ਮੈਂਬਰ ਜਿਹੜੇ ਕਿ ਰਹਿ ਗਏ ਸੀਗੇ ਆਪਣੇ ਆਏ ਸੀਗੇ, ਇਹ ਕੌਣ ਸੀਗੇ? ਇਹ ਜਿਹੜੀਆਂ ਕਿ ਅਲੱਗ ਅਲੱਗ ਪ੍ਰੋਵੀਜ਼ਨ ਸੀਗੇ ਉਹਨਾਂ ਦੇ ਵਿੱਚੋਂ ਇਲੈਕਟ ਹੋ ਕੇ ਆਏ ਸੀ, ਉਹਨਾਂ ਦੇ ਵਿੱਚੋਂ ਇਨਡਾਇਰੈਕਟਲੀ ਇਲੈਕਟ ਹੋ ਕੇ ਆਏ ਸੀ। ਇਨਡਾਇਰੈਕਟਲੀ ਮਤਲਬ ਕਿ ਜਿਹੜੇ ਪ੍ਰੋਵੀਜ਼ਨ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਨੇ ਆਪਣੇ ਚੁਣ ਕੇ ਭੇਜੇ ਸੀ, ਸਾਰੇ ਦੇਸ਼ ਨੇ ਵੋਟਾਂ ਨਹੀਂ ਪਾਈਆਂ। ਓਕੇ ਜੀ, ਸੋ ਆਪਣਾ ਫਸਟ ਆ ਜਿਹੜਾ ਕਿ ਇਹ ਸਹੀ ਹੋ ਗਿਆ। ਓਕੇ ਜੀ, ਹੁਣ ਜਿਹੜਾ ਫਸਟ ਸਹੀ ਹੋ ਗਿਆ, ਹੁਣ ਦੇਖਦੇ ਹਾਂ ਇਹਦੇ ਵਿੱਚੋਂ ਕਿਹੜੇ ਕਿਹੜੇ ਆਪਣੇ, ਜੇ ਆਪਣਾ ਫਸਟ ਸਹੀ ਹੋਇਆਗਾ ਤਾਂ ਆਪਸ਼ਨ ਦੇ ਵਿੱਚ ਜਾਓ ਹੁਣ। ਸੋ ਆਪਣਾ ਸੀ ਬਿਲਕੁਲ ਰੋਂਗ ਹੋ ਜਾਊਗਾ। ਕਿਉਂ ਰੋਂਗ ਹੋ ਜਾਊਗਾ? ਕਿਉਂਕਿ 2 ਅਤੇ 4 ਦੀ ਗੱਲ ਹੋਈ ਹੈਗੀ, ਸੋ ਫਸਟ ਇਹਦੇ ਵਿੱਚ ਹੈ ਨਹੀਂ। ਸੋ ਫਸਟ ਆਪਣਾ ਕੱਟਿਆ ਜਾਊਗਾ, ਫਸਟ ਓਨਲੀ, ਫਸਟ 2, 3 ਆ ਜਾਊਗਾ, ਜਾਂ ਫਿਰ ਫਸਟ ਐਂਡ 3rd ਆ ਜਾਊਗਾ। ਹੁਣ ਆਪਾਂ ਸੈਕਿੰਡ ਦੇਖਦੇ ਹਾਂ ਜੀ। ਸੈਕਿੰਡ ਦੇ ਵਿੱਚ ਕੀ ਕਿਹਾ ਗਿਆ? ਦ ਇਲੈਕਸ਼ਨ ਵੇਅਰ ਹੈਲਡ ਔਨ ਦਾ ਬੇਸਿਕ ਆਫ ਯੂਨੀਵਰਸਲ ਅਡਲਟ ਫਰੈਂਚਾਈਜ਼। ਸੋ ਜਿਹੜੇ ਇਲੈਕਸ਼ਨ ਨੇ ਇਹ ਕੌਣ ਕਰਾਉਂਦਾ ਗਾ? ਅਡਲਟ ਫਰੈਂਚਾਈਜ਼ ਨੇ ਜਿਹੜੇ, ਅਡਲਟ ਫਰੈਂਚਾਈਜ਼ ਜਿਹੜੇ ਬਾਹਰਲੀਆਂ ਫਰੈਂਚਾਈਜ਼ ਨੇ, ਅਲੱਗ ਅਲੱਗ ਫਰੈਂਚਾਈਜ਼ ਨੇ, ਇਹ ਕੰਡਕਟ ਕਰਾਉਂਦੀਆਂ? ਬਿਲਕੁਲ ਨਹੀਂ ਇਹ ਕੰਡਕਟ ਕਰਾਉਂਦੀਆਂ, ਇਲੈਕਸ਼ਨ ਕਮਿਸ਼ਨ ਕੰਡਕਟ ਕਰਾਉਂਦਾ। ਸੋ ਇੰਡੀਆ ਦਾ ਇਲੈਕਸ਼ਨ ਕਮਿਸ਼ਨ ਕੰਡਕਟ ਕਰਾਉਂਦਾ। ਸੋ ਜਿਹੜਾ ਸੈਕਿੰਡ ਹੈ ਇਹ ਆਪਣਾ ਗਲਤ ਹੋ ਜਾਊਗਾ। ਜੋ ਸੈਕਿੰਡ ਆਪਣਾ ਗਲਤ ਹੋ ਜਾਊਗਾ ਤਾਂ ਆਪਣਾ ਆਪਸ਼ਨ ਬੀ ਵੀ ਕੱਟਿਆ ਗਿਆ। ਸੋ ਹੁਣ ਦੇਖਦੇ ਹਾਂ ਆਪਾਂ ਓਨਲੀ 1 ਜਾਂ ਫਿਰ ਓਨਲੀ 1 ਐਂਡ 3। ਸੋ ਇਹਦਾ ਪਤਾ ਕਿਵੇਂ ਚੱਲੂਗਾ? ਇਹਦਾ ਆਪਾਂ ਦੇਖ ਲੈਂਦੇ ਹਾਂਗੇ, ਥਰਡ ਪੜ੍ਹਦੇ ਹਾਂ ਜੀ। ਦ ਸਕੀਮ ਆਫ ਇਲੈਕਸ਼ਨ ਵੇਅਰ ਲੈਟ ਡਾਊਨ ਦਾ ਕੈਬਿਨਟ ਡੈਲੀਗੇਟ। ਜਿਹੜੀਆਂ ਆਪਣੇ ਇਲੈਕਸ਼ਨ ਹੁੰਦੇ ਨੇ ਇਹ ਕੈਬਿਨਟ ਮੰਤਰੀ ਬਣਦੇ ਨੇ, ਕੈਬਿਨਟ ਦੇ ਮਿਨਿਸਟਰ ਬਣਦੇ ਨੇ, ਉਹਨਾਂ ਦੇ ਵਾਸਤੇ ਹੀ ਇਲੈਕਟ ਹੁੰਦੇ ਆ ਨਾ ਇਹ, ਉਹਨਾਂ ਨੂੰ ਹੀ ਇਲੈਕਟ ਕਰਨ ਵਾਸਤੇ ਆਪਣੀ ਇਲੈਕਸ਼ਨ ਹੁੰਦੇ ਨੇ। ਓਕੇ, ਸੋ ਇਹ ਆਪਣਾ ਰਾਈਟ ਹੋ ਜੂ। ਸੋ ਆਪਸ਼ਨ ਨੰਬਰ 3 ਆਪਣਾ ਰਾਈਟ ਹੋ ਜੂ। ਸੋ ਆਪਸ਼ਨ ਡੀ ਆਪਣਾ ਸਹੀ ਹੋ ਜੂਗਾ। ਪਹਿਲਾ ਵੀ ਸਹੀ ਆ ਅਤੇ ਥਰਡ ਵੀ ਸਹੀ ਆ। ਫੋਰਥ ਆਪਾਂ ਨੂੰ ਇੱਥੇ ਦੇਖਣ ਦੀ ਲੋੜ ਨਹੀਂ ਹੈਗੀ, ਕਿਉਂਕਿ ਫੋਰਥ ਵਾਲਾ ਇੱਕੋ ਹੀ ਆਪਸ਼ਨ ਸੀ, ਸੀ ਉਹ ਆਪਾਂ ਪਹਿਲਾਂ ਹੀ ਆਪਾਂ ਗਲਤ ਕਰਤਾ। ਓਕੇ, ਉਹ ਪਹਿਲਾਂ ਹੀ ਆਪਾਂ ਨੋਮੀਨੇਟ ਆਪਾਂ ਮਤਲਬ ਕਿ ਉਹਨੂੰ ਕੱਢਤਾ, ਠੀਕ ਹੈ, ਪਹਿਲਾਂ ਹੀ ਗਲਤ ਹੋ ਗਿਆ ਉਹ। ਸੋ ਆਪਸ਼ਨ ਨੰਬਰ ਡੀ ਤੁਹਾਡਾ ਸਹੀ ਹੋ ਜੂਗਾ। ਚਲੋ ਜੀ, ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ। ਥੋੜ੍ਹਾ ਜਿਹਾ ਫਾਸਟ ਕਰੂੰਗਾ ਮੈਂ ਅੱਜ ਇਹ। ਥਰਡ ਕੁਸ਼ਚਨ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਹਾਜ਼ਰ ਹੈਗਾ। ਥਰਡ ਕੁਸ਼ਚਨ ਦੇ ਵਿੱਚ ਕੀ ਕਿਹਾ ਗਿਆ? ਔਨ 26 ਨਵੰਬਰ 1949, 26 ਨਵੰਬਰ 1949 ਦੇ ਵਿੱਚ ਕੀ ਹੋਇਆ ਸੀ? ਆਪਣਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ, ਸੰਵਿਧਾਨ ਬਣ ਕੇ ਤਿਆਰ ਹੋਇਆ ਲੇਕਿਨ ਲਾਗੂ ਨਹੀਂ ਕੀਤਾ ਸੀ। ਸੋ ਕਹਿੰਦੇ ਵਿੱਚ ਆਫ ਦਾ ਫੋਲੋਇੰਗ ਪ੍ਰੋਵੀਜ਼ਨ ਆਫ ਦਾ ਕੋਨਸਟੀਟਿਊਸ਼ਨ ਆਫ ਕਮ ਇਨ ਟੂ ਦਾ ਇਫੈਕਟ। ਸੋ ਕਹਿੰਦੇ 26 ਨਵੰਬਰ 1946 ਨੂੰ ਕੀ ਮਤਲਬ ਕੀ ਹੋਇਆ ਸੀਗਾ, ਕਿਹੜਾ ਪ੍ਰੋਵੀਜ਼ਨ ਔਫ ਕੋਨਸਟੀਟਿਊਸ਼ਨ ਦਾ ਇਫੈਕਟ ਦੇ ਵਿੱਚ ਆਇਆ ਸੀ, ਲਾਗੂ ਹੋਇਆ ਸੀਗਾ? ਸੋ ਕੁਸ਼ਚਨ ਨੰਬਰ ਬੀ ਦਾ ਆਨਸਰ ਦੱਸੋ ਕਿ ਪ੍ਰੋਵੀਜ਼ਨ ਪਾਰਲੀਮੈਂਟ। ਸੋ ਇਹਦਾ ਰਾਈਟ ਆਨਸਰ ਆ ਆਪਸ਼ਨ ਨੰਬਰ ਬੀ, ਨਹੀਂ ਇਹ। ਓਕੇ ਓਕੇ ਓਕੇ, ਥੱਲੇ ਵੀ ਦਿੱਤਾ ਹੋਇਆ ਗਾ, ਚਲੋ ਦੇਖਦੇ ਹਾਂ ਆਪਾਂ। ਫਸਟ ਆਪਣਾ ਸਿਟੀਜ਼ਨਸ਼ਿਪ ਇਲੈਕਸ਼ਨ ਜਾਂ ਪ੍ਰੋਵੀਜ਼ਨ ਪਾਰਲੀਮੈਂਟ ਜਾਂ ਫੰਡਾਮੈਂਟਲ ਰਾਈਟ। ਸੋ ਜਿਹੜਾ ਕੋਨਸਟੀਟਿਊਸ਼ਨ ਬਣਿਆ ਸੀਗਾ, ਕੋਨਸਟੀਟਿਊਸ਼ਨ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ ਆਪਣੇ ਤੋਂ, ਇਹ ਦੱਸਿਆ ਜਾਏਗਾ। ਫਸਟ ਪਾਰਟ ਦੇ ਵਿੱਚ ਮੈਂ ਤੁਹਾਨੂੰ ਕਿਹਾ ਗਾ ਸਿਟੀਜ਼ਨਸ਼ਿਪ ਦੇ ਵਿੱਚ ਗੱਲ ਕੀਤੀ ਗਈ ਹੈਗੀ। ਓਕੇ, ਸੋ ਇਲੈਕਸ਼ਨ ਦੇ ਵਾਸਤੇ ਆਪਣਾ 324 ਨੰਬਰ ਆਰਟੀਕਲ ਦਾ ਗੱਲ ਕਰੀ ਗਈ ਹੈਗੀ। 324 ਦੇ ਵਿੱਚ ਆਪਣਾ ਇਲੈਕਸ਼ਨ ਕਮਿਸ਼ਨ ਬਾਰੇ ਦੱਸਿਆ ਜਾਏਗਾ। ਅਤੇ ਫੰਡਾਮੈਂਟਲ ਰਾਈਟਸ ਮੈਂ ਤੁਹਾਨੂੰ ਦਿਆ ਗਿਆ, ਥਰਡ ਵਿੱਚ ਗੱਲ ਹੋਈ ਹੈ ਤਾਂ। ਸੋ ਫੰਡਾਮੈਂਟਲ ਦੀ ਗੱਲ ਕਿੱਥੇ ਹੋਈ ਹੈ? ਥਰਡ ਪਾਰਟ ਦੇ ਵਿੱਚ ਫੰਡਾਮੈਂਟਲ ਦੀ ਗੱਲ ਹੋਈ ਹੈ। ਸੋ ਰਹਿ ਕਿਹੜਾ ਗਿਆ ਇਹਨਾਂ ਦੇ ਵਿੱਚੋਂ? ਇਹਨਾਂ ਦੇ ਵਿੱਚੋਂ ਆਪਣਾ ਥਰਡ ਆ ਜਿਹੜਾ ਪ੍ਰੋਵੀਜ਼ਨਲ ਪਾਰਲੀਮੈਂਟ, ਇਹ ਨਹੀਂ ਹੈਗਾ। ਸੋ ਦੇਖੋ, ਪਹਿਲਾ, ਦੂਜਾ, ਚੌਥਾ, ਇਹ ਕਿੱਥੇ ਗੱਲ ਕੀਤੀ ਗਈ ਹੈ? ਪਹਿਲਾ, ਦੂਜਾ ਅਤੇ ਚੌਥਾ, ਇਹ ਆਪਣਾ ਗੱਲ ਹੋਈ ਹੈ ਪਾਰਟ। ਯਾਰ ਕੁਸ਼ਚਨ ਸਹੀ ਆ ਸੀ,
ਰਿਕੋਲ ਕਮ ਇਨਟੂ ਇਫੈਕਟ, ਕਿਉਂਕਿ ਫਸਟ ਸਿਟੀਜਨਸ਼ਿਪ ਵੀ ਹੈ, ਇਲੈਕਸ਼ਨ ਵੀ ਹੈ, ਫੰਡਾਮੈਂਟਲ ਪ੍ਰੋਵੀਜ਼ਨ ਪਾਰਲੀਮੈਂਟ ਵੀ ਹੈ। ਸੋ ਇਹ ਕਹਿੰਦੇ ਹੈਗੇ ਆਪਾਂ ਨੂੰ ਪ੍ਰੋਵੀਜ਼ਨ ਆਫ ਕੋਨਸਟੀਟਿਊਸ਼ਨ ਆਫ ਕੋਡ ਆਫ ਦ ਗਿਵਨ ਵਰਡ ਕੋਡ। ਚਲੋ ਇਹ ਕੁਐਸਚਨ ਨੂੰ ਛੱਡੋ ਯਾਰ, ਕਿਹਾ ਠੀਕ ਹੈ। ਸੋ ਕੁਐਸਚਨ ਨੰਬਰ 3 ਨੂੰ ਛੱਡੋ, ਇਹ ਤੁਹਾਨੂੰ ਆਪਾਂ ਵੈਸੇ ਪੋਲ ਪਾ ਲਾਂਗੇ ਜੇ ਤੁਹਾਨੂੰ ਆਪਾਂ ਵੈਸੇ ਹੀ ਸੋਲਵ ਕਰਾ ਦਾਂਗੇ, ਠੀਕ ਹੈ। ਕੁਐਸਚਨ ਨੰਬਰ 3 ਨੂੰ ਤੁਸੀਂ ਇੱਕ ਵਾਰੀ ਛੱਡੋ। ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 4 ਤੁਹਾਡੀ ਸਕਰੀਨ ਦੇ ਉੱਪਰ ਹਾਜ਼ਰ ਹੈਗਾ। ਵਿਚ ਇਫੈਕਟ ਇਜ਼ ਨੈਸੈਸਰੀ ਫੋਰ ਦਾ ਡਿਵੈਲਪਮੈਂਟ ਆਫ ਡੈਮੋਕ੍ਰੇਟਿਕ ਇੰਸਟੀਟਿਊਸ਼ਨ। ਸੋ ਕਹਿੰਦੇ ਇੱਕ ਡੈਮੋਕ੍ਰੇਟਿਕ ਇੰਸਟੀਟਿਊਸ਼ਨ ਆਪਾਂ ਡਿਵੈਲਪ ਕਰਨਾ, ਉਹਦੇ ਲਈ ਆਪਾਂ ਨੂੰ ਸਭ ਤੋਂ ਇੰਪੋਰਟੈਂਟ ਅਤੇ ਮੇਨ ਚੀਜ਼ ਕਿਹੜੀ ਹੈਗੀ। ਸੋ ਵਨ ਪਾਰਟੀ ਸਿਸਟਮ ਹੋਣਾ ਚਾਹੀਦਾ, ਬਿਲਕੁਲ ਨਹੀਂ। ਡੈਮੋਕ੍ਰੇਟਿਕ ਦੇ ਵਿੱਚ ਵਨ ਪਾਰਟੀ ਸਿਸਟਮ ਹੋਣੀ ਨਹੀਂ ਚਾਹੀਦਾ। ਡੈਮੋਕ੍ਰੇਟਿਕ ਕੀ ਹੈਗਾ ਕਿ ਅਲੱਗ ਅਲੱਗ ਪਾਰਟੀਆਂ ਟੂ ਪਾਰਟੀ ਸਿਸਟਮ ਦੇ ਵਿੱਚੋਂ ਜਿਹੜੀ ਵੈਸਟ ਪਾਰਟੀ ਆ, ਜਿਹੜੀ ਆਪਾਂ ਨੂੰ ਜਿਹਦੇ ਮੈਨੀਫੈਸਟੋ ਵਧੀਆ ਲੱਗਦੇ ਹੈਗੇ, ਸੋ ਉਹ ਪਾਰਟੀ ਨੂੰ ਆਪਾਂ ਇਲੈਕਟ ਕਰ ਸਕੀਏ, ਉਹਨੂੰ ਆਪਾਂ ਚੁਣ ਸਕੀਏ। ਓਕੇ, ਜੋ ਇੱਕ ਪਾਰਟੀ ਸਿਸਟਮ ਹੋਊਗੀ ਫਿਰ ਆਪਾਂ ਡੈਮੋਕ੍ਰੇਟਿਕ ਹੀ ਰਹੂਗੀ, ਫਿਰ ਆਪਾਂ ਵੋਟ ਕਿਹਨੂੰ ਕਰਾਂਗੇ। ਸੋ ਆਪਣਾ ਪਾਰਟ ਏ ਬੀ ਗਲਤ ਹੋ ਗਿਆ। ਸਟਰੋਂਗ ਮਿਲਟਰੀ ਫੋਰਸ, ਸਟਰੋਂਗ ਮਿਲਟਰੀ ਫੋਰਸ ਦਾ ਡੈਮੋਕ੍ਰੇਟਿਕ ਨਾਲ ਕੋਈ ਰਿਲੀਜਨ ਨਹੀਂ ਹੈਗਾ, ਕੋਈ ਰਿਲੇਸ਼ਨਸ਼ਿਪ ਨਹੀਂ ਹੈਗਾ। ਜਿਹੜਾ ਵੀ ਆਪਣਾ ਪਾਕਿਸਤਾਨ ਆ, ਉੱਥੇ ਇਹ ਸਿਸਟਮ ਹੈਗਾ ਸਟਰੋਂਗ ਮਿਲਟਰੀ ਫੋਰਸ। ਓਕੇ, ਸੋ ਨੈਕਸਟ ਤੁਹਾਡਾ ਹੋ ਗਿਆ ਡੀ ਐਨ ਐਗਰੀਕਲਚਰ, ਇਕਨੋਮਿਕਲ ਐਗਰੀਕਲਚਰ ਹੋਵੇ, ਚਾਹੇ ਇੰਡਸਟਰੀ ਹੋਵੇ, ਚਾਹੇ ਆਪਣਾ ਪਬਲਿਕ ਸੈਕਟਰ ਹੋਵੇ, ਚਾਹੇ ਪ੍ਰਾਈਵੇਟ ਸੈਕਟਰ ਹੋਵੇ, ਡੈਮੋਕ੍ਰੇਟਿਕ ਨਾਲ ਕੋਈ ਇਫੈਕਟ ਨਹੀਂ ਪੈਂਦਾ। ਸੋ ਆਪਸ਼ਨ ਨੰਬਰ ਏ ਇਹਦਾ ਬਿਲਕੁਲ ਰਾਈਟ ਹੈ। ਸੋ ਆਪਸ਼ਨ ਨੰਬਰ ਏ ਦਾ ਬਿਲਕੁਲ ਰਾਈਟ ਆ, ਰਿਸਪੈਕਟ ਫੋਰ ਇੰਡੀਵਿਜੁਅਲ, ਕਿ ਹਰੇਕ ਬੰਦੇ ਦੀ ਰਿਸਪੈਕਟ ਕਰਨੀ ਜਿਹਦੇ ਨਾਲ ਆਪਣਾ ਡੈਮੋਕ੍ਰੇਟਿਕ ਇੰਸਟੀਟਿਊਸ਼ਨ ਬਣ ਸਕੇ। ਓਕੇ, ਲੋਕਤੰਤਰਿਕ ਬਣ ਸਕੇ, ਸਾਰਿਆਂ ਲਈ ਸਭ ਇਕੁਅਲ ਹੋਣ, ਲੋਕ ਆਪਣੇ ਭਲੇ ਲਈ ਸਰਕਾਰ ਨੂੰ ਮੈਜੋਰਟੀ ਦੇ ਵਿੱਚ ਲੈ ਕੇ ਆਉਣ, ਸਰਕਾਰ ਨੂੰ ਚੁਣਨ ਜਿਹਦੇ ਨਾਲ ਆਪਣੇ ਦੇਸ਼ ਦਾ, ਆਪਣੇ ਦੇਸ਼ ਦੇ ਲੋਕਾਂ ਦਾ ਭਲਾ ਹੋ ਸਕੇ। ਓਕੇ, ਸੋ ਕੁਐਸਚਨ ਨੰਬਰ 5 ਤੁਹਾਡੇ ਸਾਹਮਣੇ ਆਉਂਦਾ, ਪ੍ਰੋਵੀਜ਼ਨ ਇਨ ਦਾ 5th ਸ਼ਡਿਊਲ ਐਂਡ 6th ਸ਼ਡਿਊਲ ਇਨ ਦਾ ਕੰਸਟੀਟਿਊਸ਼ਨ ਆਫ ਇੰਡੀਆ ਆਰ ਮੇਡ ਇਨ ਦਾ ਆਰਡਰ ਟੂ। ਸੋ ਜਿਹੜਾ ਤੁਸੀਂ ਇਹ ਕੁਐਸਚਨ ਨੂੰ ਲੈ ਕੇ ਨਾ, ਇੱਕ ਗੱਲ ਹੋਰ ਸੁਣੋ, ਬਹੁਤ ਇੰਪੋਰਟੈਂਟ ਗੱਲ ਆ, ਕਰੰਟ ਦੇ ਵਿੱਚ ਚੱਲ ਰਹੀ ਆ, ਤੁਹਾਨੂੰ ਪਤਾ ਵੀ ਹੋਣਾ, ਪੇਪਰ ਦੇਣ ਜਾਓਗੇ ਇੱਦਾਂ ਦੇ ਕੁਐਸਚਨ ਹੀ ਪੁੱਛੇ ਜਾਂਦੇ ਨੇ। ਤੁਸੀਂ ਸਾਰਿਆਂ ਨੇ 3 Idiots ਮੂਵੀ ਦੇਖੀ ਹੋਣੀ। 3 Idiots ਮੂਵੀ ਦੇ ਵਿੱਚ ਜਿਹੜਾ ਆਪਣਾ ਕਿ ਅਮੀਰ ਖਾਨ ਹੁੰਦਾ, ਅਮੀਰ ਖਾਨ ਕਿਹਦਾ ਰੋਲ ਕਰਦਾ ਹੁੰਦਾ ਹੈਗਾ, ਅਮੀਰ ਖਾਨ ਇੱਕ ਰੋਲ ਕਰਦਾ ਹੁੰਦਾ ਜਿਹਨੂੰ ਕਹਿੰਦੇ ਵਾਂਗੜੂ, ਵੰਗਸੁਕ ਵਾਂਗੜੂ, ਹੈ ਨਾ। ਉਹ ਜਿਹੜਾ ਵੰਗਸੁਕ ਵਾਂਗੜੂ ਆ, ਉਹ ਵੰਗਸੁਕ ਵਾਂਗੜੂ ਰੀਅਲ ਲਾਈਫ ਦੇ ਵਿੱਚ ਵੀ ਹੈ, ਠੀਕ ਹੈ। ਜਿਹੜਾ ਰੀਅਲ ਲਾਈਫ ਦੇ ਵਿੱਚ ਵੀ ਹੈ ਉਹ ਵੰਗਸੁਕ ਵਾਂਗੜੂ, ਜਿਹਦਾ ਰੋਲ ਅਮੀਰ ਖਾਨ ਮੂਵੀ ਦੇ ਵਿੱਚ ਕਰਦਾ, ਲੇਕਿਨ ਉਹਦਾ ਨਾਮ, ਰੀਅਲ ਨੇਮ ਕੀ ਹੈਗਾ, ਸੋਨਮ ਵਾਂਗੜੂ। ਉਹਦਾ ਰੀਅਲ ਨੇਮ ਕੀ ਹੈਗਾ, ਸੋਨਮ ਵਾਂਗੜੂ, ਠੀਕ ਹੈ। ਉਹਦਾ ਰੀਅਲ ਨੇਮ ਕੀ ਹੈ, ਸੋਨਮ ਵਾਂਗੜੂ ਆ। ਓਕੇ, ਸੋ ਇਹ ਮੈਂ ਤੁਹਾਨੂੰ ਕਿਉਂ ਦੱਸ ਰਿਹਾਗਾ, ਇਹ ਇਸ ਲਈ ਦੱਸਿਆ ਕਿਉਂਕਿ ਸੋਨਮ ਵਾਂਗੜੂ ਆ ਜਿਹੜਾ ਕਿ ਉਹਨੂੰ ਬਹੁਤ ਪ੍ਰਾਈਜ਼ ਮਿਲੇ ਹੋਏ ਹੈਗੇ। USA ਵੱਲੋਂ ਯੂਨੈਸਕੋ ਨੇ ਪ੍ਰਾਈਜ਼ ਦਿੱਤਾ, ਇੰਡੀਆ ਨੇ ਬਹੁਤ ਪ੍ਰਾਈਜ਼ ਦਿੱਤਾ, ਈਵਨ ਕਿ ਉਹਨੂੰ ਆਪਣਾ ਕਿ ਪਦਮ ਸ਼੍ਰੀ ਵਰਗੇ ਅਵਾਰਡ ਵੀ ਮਿਲੇ ਹੋਏ ਹੈਗੇ, ਬਹੁਤ ਉਹਨੂੰ ਅਵਾਰਡ ਮਿਲੇ ਹੈਗੇ। ਓਕੇ, ਸੋ ਹੁਣ ਮੇਰਾ ਕੁਐਸਚਨ ਦੱਸਣ ਦਾ ਕੀ ਮਤਲਬ ਆ, ਉਹਨੇ ਲੱਦਾਖ ਦੇ ਵਿੱਚ, ਲੱਦਾਖ ਦਾ ਨਾ ਉਹ ਮੂਵੀ ਲੱਦਾਖ ਦੇ ਵਿੱਚ ਬਣੀ ਹੋਈ ਆ ਉਹ, ਠੀਕ ਹੈ। ਉਹਨੇ ਲੱਦਾਖ ਦੇ ਵਿੱਚ ਪ੍ਰੋਟੈਸਟ ਕਰ ਰਿਹਾ, ਉਹ ਹੰਗਰ ਸਟ੍ਰਾਈਕ 'ਤੇ ਬੈਠਾ ਹੋਇਆ ਹੈਗਾ। ਕਿਉਂ ਬੈਠਿਆ, ਕਹਿੰਦਾ ਜਿਹੜੇ ਮੇਰੇ ਲੱਦਾਖ ਦੇ ਵਿੱਚ ਜਿਹੜੀ ਜ਼ਮੀਨ ਹੈਗੀ, ਕਲਾਈਮੇਟ ਆ, ਉਹ ਦਿਨ ਬ ਦਿਨ ਬਦਲਦਾ ਜਾ ਰਿਹਾ ਹੈਗਾ। ਉਹ ਕਿਉਂ ਬਦਲਦਾ ਜਾ ਰਿਹਾ ਹੈਗਾ, ਕਿਉਂਕਿ ਕਹਿੰਦੇ ਜਿਹੜੇ ਕਿ ਇੰਡੀਆ ਦੇ ਲੋਕ ਘੁੰਮਣ ਫਿਰਨ ਆਉਂਦੇ ਨੇ, ਜਾਂ ਫਿਰ ਕਹਿੰਦੇ ਉੱਥੇ ਪ੍ਰਾਈਵੇਟ ਇੰਡਸਟਰੀਆਂ ਲੱਗ ਰਹੀਆਂ ਨੇ, ਉੱਥੇ ਕਹਿੰਦੇ ਕਿ ਅਸੀਂ ਕੋਈ ਇੰਸਟੀਟਿਊਸ਼ਨ ਬਣਾਵਾਂਗੇ, ਉਹਦੇ ਕਰਕੇ ਕੀ ਹੁੰਦਾ, ਉਹਦਾ ਕਲਾਈਮੇਟ, ਗਰਮੀ ਵੱਧਦੀ ਜਾ ਰਹੀ ਹੈਗੀ, ਕਲਾਈਮੇਟ ਕਰਕੇ ਕਹਿੰਦਾ ਸਾਨੂੰ ਉੱਥੇ ਜਿਹੜੀਆਂ ਕਿ ਆਪਣੀਆਂ ਕਹਿੰਦੇ ਨੇ ਨੈਚੁਰਲ ਡਿਜ਼ਾਸਟਰ, ਕਹਿੰਦੇ ਉਹਨਾਂ ਦਾ ਡਰ ਹੈਗਾ, ਠੀਕ ਹੈ।
ਸੋ ਦਰਖਤ ਦਰੁਖਤ ਵੱਢੇ ਜਾ ਰਹੇ ਆ, ਫੋਰੈਸਟ ਵਗੈਰਾ, ਸੋ ਇਹਨਾਂ ਕਰਕੇ ਉਹ ਹੰਗਰ ਪ੍ਰੋਟੈਸਟ 'ਤੇ ਆ, ਅਤੇ ਉਹਦੇ ਲਈ ਉਸ ਲਈ ਜਿਹੜਾ ਵੋਂਗਸੁਕ ਵਾਂਗੜੂ ਆ, ਮੈਂ ਕਹਿੰਦਾ ਕਹਿੰਦਾ ਮੈਨੂੰ ਕੀ ਦਊ, ਕਹਿੰਦਾ ਫਿਫਥ ਅਤੇ ਸਿਕਸਥ ਸ਼ਡਿਊਲ ਦੇ ਵਿੱਚ ਸਾਡੇ ਲਦਾਖ ਨੂੰ ਐਡ ਕਰੋ, ਸੋ ਸਿਕਸਥ ਸ਼ਡਿਊਲ ਦੇ ਵਿੱਚ ਕਹਿੰਦੇ ਸਾਡੇ ਲਦਾਖ ਨੂੰ ਐਡ ਕਰੋ। ਹੁਣ ਸਿਕਸਥ ਸ਼ਡਿਊਲ ਕੀ ਆ ਆਪਣੇ? ਹੁਣ ਮੈਂ ਇਹ ਗੱਲ ਕਿਉਂ ਦੱਸੀ, ਕਿਉਂਕਿ ਮੈਂ ਇਹ ਗੱਲ ਦੱਸਣ ਦਾ ਮੇਰਾ ਮਕਸਦ ਕੀ ਸੀ, ਸਿਕਸਥ ਸ਼ਡਿਊਲ ਦਾ ਮੇਰਾ ਇਹਦਾ ਦੱਸਣ ਦਾ ਮਤਲਬ ਸੀਗਾ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਸਿਕਸਥ ਸ਼ਡਿਊਲ ਦੇ ਵਿੱਚ ਕੀ ਦੱਸਿਆ ਗਿਆ। ਸਿਕਸਥ ਸ਼ਡਿਊਲ ਦੇ ਵਿੱਚ ਕੀ ਹੈਗਾ? ਸਿਕਸਥ ਸ਼ਡਿਊਲ ਦੇ ਵਿੱਚ ਆਪਾਂ ਨੂੰ ਦੱਸਿਆ ਗਿਆ ਹੈਗਾ, ਪ੍ਰੋਟੈਸਟ ਦਾ ਇੰਟਰਸਟ ਆਫ ਸ਼ਡਿਊਲ ਟ੍ਰਾਈਬ, ਆਪਸ਼ਨ ਨੰਬਰ ਏ, ਜਿਹੜੇ ਆਪਣੇ ਸ਼ਡਿਊਲ ਟ੍ਰਾਈਬ ਨੇ, ਐਸਟੀ ਲੋਕ ਨੇ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ, ਉਹਨਾਂ ਨੂੰ ਸਾਂਭ ਕੇ ਰੱਖਿਆ ਜਾਵੇ, ਉਹਨਾਂ ਦੇ ਜਿਹੜੇ ਕਿ ਇੰਟਰਸਟ ਨੇ, ਚਾਹੇ ਉਹ ਪ੍ਰਕਿਰਤਿਕ ਦੇ ਨਾਲ ਆ, ਚਾਹੇ ਨੈਚੁਰਲ ਦੇ ਨਾਲ ਆ, ਚਾਹੇ ਉਹ ਆਪਣੇ ਜਿਹੜੀ ਵੀ ਉਹਨਾਂ ਦੇ ਰਿਲੀਜਨ ਆ, ਉਹਨਾਂ ਸਾਰਿਆਂ ਨੂੰ ਪ੍ਰੋਟੈਕਟ ਕੀਤਾ ਜਾਵੇ, ਠੀਕ ਹੈ। ਉਹ ਆਪਣੇ ਅਕੋਰਡਿੰਗ, ਉਹ ਆਪਣੇ ਕਲਚਰ ਦੇ ਅਕੋਰਡਿੰਗ, ਆਪਣੇ ਨੇਚਰ ਦੇ ਅਕੋਰਡਿੰਗ, ਠੀਕ ਹੈ, ਪ੍ਰਕਿਰਤਿਕ ਦੇ ਅਕੋਰਡਿੰਗ ਉਹ ਆਪ ਆਪਣੇ ਰੂਲ ਬਣਾ ਸਕਣ, ਆਪਣੀ ਲਾਅ ਬਣਾ ਸਕਣ, ਠੀਕ ਹੈ। ਇਹ ਸਿਕਸਥ ਸ਼ਡਿਊਲ ਵਾਲਿਆਂ ਨੂੰ, ਆਪਣੀਆਂ ਫਿਫਥ ਅਤੇ ਸਿਕਸਥ ਸ਼ਡਿਊਲ ਵਾਲਿਆਂ ਨੂੰ ਇਹ ਇੱਕ ਰਾਈਟ ਮਿਲਿਆ ਹੁੰਦਾ, ਠੀਕ ਹੈ। ਸੋ ਵੋਂਗਸੁਕ ਵਾਂਗੜੂ ਆ ਜਿਹੜਾ ਕਿ ਸੋਨਮ ਵਾਂਗੜੂ ਆ, ਉਹ ਆਪਣਾ ਕਹਿ ਰਿਹਾ ਹੈਗਾ ਕਿ ਮੈਨੂੰ ਵੀ ਸਾਡੇ ਲਦਾਖ ਨੂੰ ਵੀ ਸਿਕਸਥ ਸ਼ਡਿਊਲ ਦੇ ਵਿੱਚ ਐਡ ਕੀਤਾ ਜਾਵੇ, ਓਕੇ। ਸੋ ਇਹ ਆਪਣਾ ਫਿਫਥ ਦਾ ਹੋ ਗਿਆ, ਆਪਸ਼ਨ ਨੰਬਰ ਏ ਆਪਣਾ ਰਾਈਟ ਹੋ ਗਿਆ, ਠੀਕ ਹੈ। ਵੋਂਗਸੁਕ ਵਾਂਗੜੂ ਤੋਂ ਯਾਦ ਰੱਖਿਓ, ਸਿਕਸਥ ਸ਼ਡਿਊਲ ਦੀ ਡਿਮਾਂਡ ਕਰ ਰਿਹਾ, ਕਿਉਂ ਕਰ ਰਿਹਾ ਹੈਗਾ ਕਿ ਸਾਨੂੰ ਇੰਟਰਸਟ ਆ ਜਿਹੜੀ ਚੀਜ਼ਾਂ 'ਚ, ਉਹਨੂੰ ਪ੍ਰੋਟੈਕਟ ਕੀਤਾ ਜਾਵੇ। ਚਲੋ ਜੀ, ਸਿਕਸਥ ਨੰਬਰ ਕੁਐਸਚਨ ਤੁਹਾਡੇ ਸਾਹਮਣੇ ਹੈਗਾ, ਦਾ ਫਾਊਂਡਿੰਗ ਫਾਦਰ ਆਫ ਥਿਊਰੀ ਆਫ ਬਿਊਰੋਕ੍ਰੇਸੀ ਵਾਜ਼। ਸੋ ਇਹਦਾ ਫਾਊਂਡਿੰਗ ਫਾਦਰ ਕੌਣ ਹੈਗਾ, ਕੌਣ ਹੈਗਾ ਫਾਊਂਡਿੰਗ ਫਾਦਰ? ਇਹਦਾ ਹੈਗਾ ਮੈਕਸ ਵੈਬਰ, ਆਪਸ਼ਨ ਨੰਬਰ ਬੀ ਤੁਹਾਡਾ ਰਾਈਟ ਆ, ਮੈਕਸ ਵੈਬਰ ਹੈਗਾ। ਇਹ ਚਾਹੇ ਛੱਡ ਦਿਓ, ਇੱਦਾਂ ਦੇ ਕੁਐਸਚਨ ਤੁਹਾਨੂੰ ਨਹੀਂ ਪੁੱਛੇ ਜਾਂਦੇ, ਇਹ ਹਾਈ ਲੈਵਲ ਦੇ ਕੁਐਸਚਨ ਆ ਜਾਂਦੇ ਆ, ਜਦੋਂ ਆਪਾਂ ਕਿਸੇ ਕੰਪੀਟੀਟਿਵ ਐਗਜ਼ਾਮ ਦੇਵਾਂਗੇ ਨਾ, ਇਹ ਇੱਦਾਂ ਦੇ ਕੁਐਸਚਨ ਉੱਥੇ ਆਪਾਂ ਨੂੰ ਪੁੱਛੇ ਜਾਂਦੇ, ਓਕੇ ਜੀ। ਨੈਕਸਟ ਕੁਐਸਚਨ, ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਹੂ ਅਮੰਗ ਦਾ ਫੋਲੋਇੰਗ ਵਾਜ਼ ਦਾ ਚੇਅਰਮੈਨ ਆਫ ਡਰਾਫਟਿੰਗ ਕਮੇਟੀ ਆਫ ਇੰਡੀਅਨ ਕੋਨਸਟੀਟਿਊਸ਼ਨ। ਸੋ ਜਿਹੜਾ ਆਪਣੇ ਕਮੇਟੀ ਬਣੀ ਸੀਗੀ, ਕੋਨਸਟੀਟਿਊਸ਼ਨ ਨੂੰ ਬਣਾਉਣ ਵਾਸਤੇ ਇੱਕ ਅਸੈਂਬਲੀ ਬਣੀ ਸੀ, ਉਸ ਅਸੈਂਬਲੀ ਦੇ ਵਿੱਚ ਇੱਕ ਡਰਾਫਟਿੰਗ ਕਮੇਟੀ ਸੀ। ਸੋ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਸੀਗਾ, ਕੌਣ ਸੀਗਾ ਚੇਅਰਮੈਨ? ਉਸ ਡਰਾਫਟਿੰਗ ਕਮੇਟੀ ਦਾ ਆਪਣਾ ਚੇਅਰਮੈਨ ਕੌਣ ਸੀਗਾ? ਬੀ ਆਰ ਅੰਬੇਡਕਰ। ਸੋ ਕੌਣ ਸੀਗਾ? ਆਪਸ਼ਨ ਨੰਬਰ ਡੀ, ਡਾਕਟਰ ਭੀਮ ਰਾਓ ਅੰਬੇਡਕਰ, ਉਸ ਜਿਹੜੀ ਕਿ ਆਪਣੀ ਡਰਾਫਟਿੰਗ ਕਮੇਟੀ ਬਣੀ ਸੀ ਉਸ ਦੇ ਮੈਂਬਰ ਸੀਗੇ, ਓਕੇ। ਮੈਂਬਰ ਨਹੀਂ, ਉਹਦੇ ਚੇਅਰਮੈਨ ਸੀਗੇ, ਠੀਕ ਹੈ। ਮੈਂਬਰ ਤਾਂ ਉਹਨਾਂ ਦੇ ਵਿੱਚੋਂ 7-8 ਮੈਂਬਰ ਸੀਗੇ, ਲੇਕਿਨ ਚੇਅਰਮੈਨ ਕੌਣ ਸੀਗੇ? ਆਪਣੇ ਡਾਕਟਰ ਭੀਮ ਰਾਓ ਜੀ ਅੰਬੇਡਕਰ ਦੇ ਚੇਅਰਮੈਨ ਸੀ ਡਰਾਫਟਿੰਗ ਕਮੇਟੀ। ਚਲੋ ਜੀ, ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਨੈਕਸਟ ਕੁਐਸਚਨ ਦੇਖੋ, ਪਹਿਲਾਂ ਮੈਨੂੰ ਇੱਦਾਂ ਦੱਸੋ, ਇਹਦੇ ਵਿੱਚ ਜਿਹੜੇ ਡਰਾਫਟਿੰਗ ਕਮੇਟੀ ਸੀ ਇਹ ਕਦੋਂ ਬਣੀ ਸੀ? ਜਿਹੜੀ ਆਪਣੀ ਡਰਾਫਟਿੰਗ ਕਮੇਟੀ ਸੀ, ਬਲੈਕ ਲੈਂਦੇ ਆਪਾਂ ਯਾਰ, ਜਿਹੜੀ ਡਰਾਫਟਿੰਗ ਕਮੇਟੀ ਸੀ ਆਪਣੀ, ਇਹ ਬਣੀ ਸੀ ਆਪਣੇ 29 ਦੋ ਦੇ ਬੇਟਾ, ਹਾਂ, ਜਿਹੜੀ ਆਪਣੀ ਡਰਾਫਟਿੰਗ ਕਮੇਟੀ ਸੀ, ਕੁਐਸਚਨ ਪੁੱਛਿਆ ਜਾਂਦਾ ਗਾ, ਇਹ ਆਪਣੀ ਬਣੀ ਸੀ 29 ਅਗਸਤ 1947, ਠੀਕ ਹੈ।
29 ਅਗਸਤ 1947 ਦੇ ਵਿੱਚ ਜਿਹੜੀ ਕਿ ਆਪਣੀ ਇਹ ਪਾਰਟੀ ਬਣੀ ਸੀਗੀ, ਕਮੇਟੀ ਬਣੀ ਸੀਗੀ, ਡਰਾਫਟਿੰਗ ਕਮੇਟੀ, ਅਤੇ ਇਹਦੇ ਹੈੱਡ ਕੌਣ ਸੀ, ਇਹਦੇ ਚੇਅਰਮੈਨ ਕੌਣ ਸੀਗੇ? ਇਹਦੇ ਚੇਅਰਮੈਨ ਸੀ ਆਪਣੇ ਡਾਕਟਰ ਭੀਮ ਰਾਓ ਅੰਬੇਡਕਰ ਜੀ, ਇਹਦੇ ਚੇਅਰਮੈਨ ਸੀ। ਅਤੇ ਟੋਟਲ ਇਸ ਕਮੇਟੀ ਦੇ ਵਿੱਚ ਕਿੰਨੇ ਮੈਂਬਰ ਸੀਗੇ? ਸੋ ਟੋਟਲ ਇਸ ਕਮੇਟੀ ਦੇ ਵਿੱਚ ਮੈਂਬਰ ਸੀਗੇ ਆਪਣੀ 7 ਮੈਂਬਰ ਸੀਗੇ। ਓਕੇ ਜੀ, ਸੋ ਕਿੰਨੇ ਮੈਂਬਰ ਸੀ? 7 ਮੈਂਬਰ ਸੀ। 7 ਮੈਂਬਰ ਆਪਾਂ ਕਿੱਦਾਂ ਯਾਦ ਰੱਖਾਂਗੇ? ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ, ਆਪਾਂ ਜਿਹੜੀ ਵੀ ਚੀਜ਼ ਕਰਾਂਗੇ ਟ੍ਰਿਕ ਨਾਲ ਕਰਾਂਗੇ, ਮੈਕਸੀਮਮ ਆਪਾਂ ਟ੍ਰਿਕ ਦੇ ਨਾਲ ਕਰਾਂਗੇ। ਸੋ ਤੁਸੀਂ ਸੁਣਿਆ ਹੋਣਾ MBD, MBD ਸਭ ਨੇ ਸੁਣਿਆ ਹੋਣਾ, ਠੀਕ ਹੈ, ਮਲਹੋਤਰਾ ਬੁੱਕ ਡਿਪੂ। ਆਪਣੀ ਇੱਕ ਕਿਤਾਬ ਆਉਂਦੀ ਹੁੰਦੀ ਸੀ ਨਾ ਕਿ ਪਹਿਲਾਂ ਕਿਹਾ, ਹੁਣ ਤਾਂ ਮੈਨੂੰ ਨਹੀਂ ਪਤਾ ਚੱਲਦੀ ਹੈ ਕਿ ਨਹੀਂ, ਲੇਕਿਨ ਪਹਿਲਾਂ ਬਹੁਤ ਚੱਲਦੀ ਹੁੰਦੀ ਸੀ, MBD ਦੀ ਬੁੱਕ ਦੇ ਦਿਓ, ਠੀਕ ਹੈ। MBD ਫਿਰ ਆਪਾਂ ਯਾਦ ਰੱਖਾਂਗੇ ਬੈਂਕ, ਓਕੇ, ਚਲੋ MBD ਤੋਂ ਯਾਦ ਰੱਖਾਂਗੇ ਆਪਾਂ M ਤੋਂ। ਹੁਣ ਦੇਖਦੇ ਹਾਂ ਆਪਾਂ ਜਿਹੜਾ MBD ਪੜ੍ਹਿਆ, M ਤੋਂ ਕੀ ਯਾਦ ਰੱਖਾਂਗੇ? M ਤੋਂ ਆਪਣਾ ਆਜੂਗਾ ਮੁਹੰਮਦ ਸ਼ਰਦੁੱਲਾ, ਓਕੇ, ਮੁਹੰਮਦ ਸ਼ਰਦੁੱਲਾ ਆਪਣਾ M ਤੋਂ ਆਜੂਗਾ, ਜਿਹੜੇ ਕਿ ਇਹਦਾ ਮੈਂਬਰ ਸੀਗਾ। B ਤੋਂ ਆਪਣਾ ਆਜੂਗਾ BL ਮਿੱਤਰ, ਅਤੇ D ਤੋਂ ਆਪਣਾ ਆਜੂਗਾ DP ਕੈਤਾਨ ਆਜੂ ਆਪਣਾ D ਤੋਂ, ਅਤੇ B ਤੋਂ ਕੀ ਆਜੂ? ਭੀਮ ਰਾਓ ਅੰਬੇਡਕਰ, ਡਾਕਟਰ ਭੀਮ ਰਾਓ ਅੰਬੇਡਕਰ ਆਪਣਾ B ਤੋਂ ਆਪਾਂ ਕਰਾਂਗੇ, ਜਿਹੜੇ ਕਿ ਚੇਅਰਮੈਨ ਸੀ ਇਸ ਪਾਰਟੀ ਦੇ। ਏ ਤੋਂ ਆਪਣਾ ਆਜੂਗਾ ਅਲਾਦੀ ਕ੍ਰਿਸ਼ਨਾ ਸਵਾਮੀ ਆਪਣੇ ਏ ਤੋਂ ਆ ਜਾਣਗੇ, ਅਤੇ ਐਨ ਤੋਂ ਆਪਣੇ ਆਉਣਗੇ ਐਨ ਗੋਪਾਲ ਸਵਾਮੀ, ਅਤੇ ਕੇ ਤੋਂ ਆਪਣੇ ਆਉਣਗੇ KM ਮੁਨਸ਼ੀ, ਓਕੇ ਜੀ। ਸੋ KM ਮੁਨਸ਼ੀ ਆਪਣੇ ਕੇ ਤੋਂ ਆਉਣਗੇ, ਐਨ ਤੋਂ ਆਪਣੇ ਆਉਣਗੇ ਐਨ ਗੋਪਾਲ ਸਵਾਮੀ, ਏ ਤੋਂ ਆਪਣੇ ਅਲਾਈ ਕ੍ਰਿਸ਼ਨਾ ਸਵਾਮੀ, ਬੀ ਤੋਂ ਆਪਣੇ ਆਉਣਗੇ ਡਾਕਟਰ ਭੀਮ ਰਾਓ ਅੰਬੇਡਕਰ ਜੀ, ਅਤੇ ਡੀ ਤੋਂ ਆਪਣੇ ਆਉਣਗੇ DP ਕੈਤਾਨ, ਅਤੇ ਬੀ ਤੋਂ ਆਪਣੇ ਆਉਣਗੇ BL ਮਿੱਤਰ, ਅਤੇ ਐਮ ਤੋਂ ਆਪਣੇ ਮੁਹੰਮਦ ਸ਼ਰਦੁੱਲਾ, ਓਕੇ। ਸੋ ਇਹ ਆਪਣੇ 7 ਮੈਂਬਰ ਆਉਣਗੇ ਡਰਾਫਟਿੰਗ ਕਮੇਟੀ ਦੇ। ਅਤੇ ਡਰਾਫਟਿੰਗ ਕਮੇਟੀ ਕਦੋਂ ਬਣੀ ਸੀਗੀ? ਡਰਾਫਟਿੰਗ ਕਮੇਟੀ ਆਪਣੀ ਬਣੀ ਸੀ 29 ਅਗਸਤ 1949 ਦੇ ਵਿੱਚ ਬਣੀ ਸੀ, ਅਤੇ ਚੇਅਰਮੈਨ ਕੌਣ ਸੀ ਇਸਦੇ? ਚੇਅਰਮੈਨ ਸੀ ਆਪਣੇ ਡਾਕਟਰ ਭੀਮ ਰਾਓ ਅੰਬੇਡਕਰ ਜੀ, ਇਸਦੇ ਚੇਅਰਮੈਨ ਸੀ। ਇੰਨਾ ਤੁਹਾਨੂੰ ਕਲੀਅਰ ਹੋਣਾ, ਠੀਕ ਹੈ। ਸੋ 7 ਦਾ ਰਾਈਟ ਆਂਸਰ ਹੋ ਜੂ ਆਪਣਾ ਆਪਸ਼ਨ ਨੰਬਰ D। ਚਲੋ, ਹੂ ਅਮੰਗ ਦਾ ਫੋਲੋਇੰਗ ਵਿੱਚ ਆਫ ਦਾ ਕੋਨਸਟੀਟਿਊਸ਼ਨ ਐਡਵਾਈਜ਼ਰ ਆਫ ਦਾ ਕੋਨਸਟੀਟਿਊਟ ਅਸੈਂਬਲੀ ਆਫ ਇੰਡੀਆ। ਸੋ ਜਿਹੜੀ ਆਪਣੀ ਸੰਵਿਧਾਨਿਕ ਸਭਾ ਬਣੀ ਸੀ, ਇਹਦਾ ਐਡਵਾਈਜ਼ਰ ਕੌਣ ਸੀ? ਇਹਦਾ ਐਡਵਾਈਜ਼ਰ ਕੌਣ ਸੀਗਾ? ਆਪਾਂ ਨੂੰ ਕੌਣ ਐਡਵਾਈਸ ਦਿੰਦਾ ਸੀ? ਸੋ ਐਡਵਾਈਜ਼ਰ ਕੌਣ ਸੀਗਾ? ਬੱਚੇ ਕੀ ਕਰਦੇ ਹੈਗੇ, ਚਾਹੇ ਪ੍ਰੈਜੀਡੈਂਟ ਦਾ ਕੁਸ਼ਚਨ ਪੁੱਛ ਲਿਆ, ਚਾਹੇ ਚੇਅਰਮੈਨ ਪੁੱਛ ਲਿਆ, ਜਾਂ ਕੁਛ ਵੀ ਪੁੱਛਿਆ ਜਾਂਦਾ, ਐਡਵਾਈਜ਼ਰ ਪੁੱਛਿਆ ਜਾਂਦਾ, ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਨਾਂ ਦੇਖਦੇ ਆ ਅਤੇ ਉਹ ਟਿੱਕ ਲੈ ਆਉਂਦੇ ਆ। ਲੇਕਿਨ ਗਲਤ ਆ, ਡਾਕਟਰ ਭੀਮ ਰਾਓ ਅੰਬੇਡਕਰ ਜੀ ਸੀਗੇ ਉਹ। ਮੈਂ ਤਾਂਹੀਓ ਪਹਿਲਾਂ ਕੁਸ਼ਚਨ ਇਹ ਆਇਆ ਡਰਾਫਟਿੰਗ ਕਮੇਟੀ ਵਾਲਾ, ਉਹ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀਗੇ, ਲੇਕਿਨ ਆਪਣੇ ਜਿਹੜੇ ਕਿ ਐਡਵਾਈਜ਼ਰ ਸੀ ਉਹ ਕੌਣ ਸੀ? BN ਰਾਏ। ਸੋ ਐਡਵਾਈਜ਼ਰ ਕੌਣ ਸੀ? ਆਪਸ਼ਨ ਨੰਬਰ A, BN ਰਾਏ ਕੌਣ ਸੀਗੇ? ਐਡਵਾਈਜ਼ਰ ਆਫ ਕੋਨਸਟੀਟਿਊਸ਼ਨ ਅਸੈਂਬਲੀ। ਸੋ ਆਪਸ਼ਨ ਨੰਬਰ A ਆਪਣਾ ਸਹੀ ਹੋ ਗਿਆ। ਅਤੇ ਆਪਣਾ ਜਿਹੜੇ ਪ੍ਰੈਜੀਡੈਂਟ, ਪਤਾ ਕੌਣ ਸੀਗਾ ਕੋਨਸਟੀਟਿਊਸ਼ਨ ਅਸੈਂਬਲੀ ਦੇ? ਜਦੋਂ ਆਪਣੀ ਕੋਨਸਟੀਟਿਊਸ਼ਨ ਅਸੈਂਬਲੀ ਬਣ ਰਹੀ ਸੀ, ਉਹਦੇ ਪ੍ਰੈਜੀਡੈਂਟ ਸੀ ਆਪਣੇ ਡਾਕਟਰ ਰਾਜੇਂਦਰ ਪ੍ਰਸਾਦ, ਜਿਹੜੇ ਆਪਣੇ ਆਜ਼ਾਦ ਇੰਡੀਆ ਦੇ ਪਹਿਲੇ ਰਾਸ਼ਟਰਪਤੀ ਆ, ਉਹੀ ਆਪਣੇ ਸੰਵਿਧਾਨਿਕ ਸਭਾ ਦੇ ਸੀਗੇ। ਡਾਕਟਰ ਰਾਜੇਂਦਰ ਪ੍ਰਸਾਦ ਆਪਣੇ ਕੌਣ ਸੀਗੇ? ਸੰਵਿਧਾਨਿਕ ਸਭਾ ਦੇ ਪ੍ਰੈਜੀਡੈਂਟ ਸੀਗੇ, ਰਾਸ਼ਟਰਪਤੀ ਸੀਗੇ। ਨੈਕਸਟ ਕੁਸ਼ਚਨ ਤੁਹਾਡੇ ਸਾਹਮਣੇ ਹੈਗਾ, 9th ਨੰਬਰ ਕੁਸ਼ਚਨ, ਇੱਕ ਵਾਰੀ ਦੇਖ ਲਓ ਇਹ ਆਪਣਾ ਕਿੱਦਾਂ ਦਾ ਕੁਸ਼ਚਨ, ਕੋਈ ਉਹ ਤਾਂ ਨਹੀਂ ਹੈਗਾ ਨਾ। ਓਕੇ, ਕਈ ਵਾਰੀ ਹੁੰਦਾ ਨਾ ਕਿ ਕਰੈਕਟ ਦੱਸੋ, ਇਹਨਾਂ ਦੇ ਵਿੱਚ 1, 2, 3 ਦੱਸ ਦਿੰਦੇ ਆਪਾਂ ਉਹ ਦੇਖ। ਚਲੋ ਕੁਸ਼ਚਨ ਦੇਖਦੇ ਹਾਂ, ਇਹਦਾ ਕੋਨਸਟੀਟਿਊਸ਼ਨ ਅਸੈਂਬਲੀ ਕਰੈਕਟ ਦੱਸਣਾ ਇਹਦੇ ਵਿੱਚ ਆਪਾਂ। ਦਾ ਕੋਨਸਟੀਟਿਊਸ਼ਨ ਅਸੈਂਬਲੀ ਆਫ ਇੰਡੀਆ ਵਾਜ ਇਲੈਕਟਡ ਬਾਈ ਦਾ ਪ੍ਰੋਵੀਜ਼ਨਲ ਅਸੈਂਬਲੀਜ਼ ਇਨ 1946। ਬਿਲਕੁਲ ਸਹੀ ਆ ਇਹ,
ਜਿਹੜੀ ਆਪਣੀ ਅਸੈਂਬਲੀ ਸੀ ਉਹ ਕਦੋਂ ਬਣੀ ਸੀਗੀ, 1946 ਦੇ ਵਿੱਚ ਬਣੀ ਸੀ, ਅਤੇ ਅਲੱਗ ਅਲੱਗ ਜਿਹੜੀਆਂ ਪ੍ਰਾਂਤਾਂ ਸੀਗੀਆਂ ਉੱਥੋਂ ਲੋਕ ਚੁਣ ਕੇ ਆਏ ਸੀਗੇ। ਠੀਕ ਹੈ, ਆਪਸ਼ਨ ਏ ਆਪਣਾ ਬਿਲਕੁਲ ਸਹੀ ਆ, ਲੇਕਿਨ ਆਪਾਂ ਨੈਕਸਟ ਵੀਕ ਵਾਰੀ ਪੜ੍ਹ ਕੇ ਦੇਖ ਲਿਆ। ਜਵਾਹਰ ਲਾਲ ਨਹਿਰੂ, MA ਜਿੰਨਾ ਜਿੰਨਾ ਤਾਂ ਪਾਕਿਸਤਾਨ ਦਾ ਸੀਗਾ, ਇਹ ਤਾਂ ਅਸੈਂਬਲੀ ਦੇ ਵਿੱਚ ਕਿਵੇਂ ਹੋ ਸਕਦਾ ਗਲਤ ਹੋ ਗਿਆ। ਤਾਂ ਫਸਟ ਸੈਸ਼ਨ ਕੌਂਸਟੀਟਿਊਸ਼ਨ ਅਸੈਂਬਲੀ ਵਾਜ਼ ਹੈਲਡ ਇਨ ਜਨਵਰੀ 1946। 1946 ਦੇ ਵਿੱਚ ਆਪਣਾ ਸੰਵਿਧਾਨ ਬਣਨਾ ਸਟਾਰਟ ਹੋਇਆ, ਅਤੇ ਇਹ ਕਹਿ ਰਿਹਾ ਕਿ ਫਸਟ ਸੈਸ਼ਨ ਜਿਹੜਾ 1947 ਦੇ ਵਿੱਚ ਹੋਇਆ, ਬਿਲਕੁਲ ਗਲਤ, 46 ਦੇ ਵਿੱਚ ਬਣਨਾ ਸਟਾਰਟ ਹੋਇਆ। ਤਾਂ ਫਸਟ ਸੈਸ਼ਨ ਆਪਣਾ 46 ਦੇ ਵਿੱਚ ਹੀ ਹੋਣਾ, ਫਸਟ ਮੀਟਿੰਗ 46 ਦੇ ਵਿੱਚ ਹੀ ਹੋ ਗਈ, ਇਹ ਵੀ ਆਪਣਾ ਗਲਤ ਹੋ ਗਿਆ। ਚਲੋ ਜੀ, ਨੈਕਸਟ ਆਪਾਂ ਦੇਖ ਲਿਆ ਜੀ, ਦ ਕੋਨਸਟੀਟਿਊਸ਼ਨ ਆਫ ਇੰਡੀਆ ਵਾਜ਼ ਅਡੋਪਟ ਇਨ 26 ਜਨਵਰੀ 1950। ਇਹ ਗਲਤ, ਆਪਣਾ ਜਿਹੜਾ ਕੋਨਸਟੀਟਿਊਸ਼ਨ ਆਪਾਂ ਅਡੋਪਟ ਕਦੋਂ ਕਰਿਆਗਾ, 26 ਨਵੰਬਰ 1949 ਦੇ ਵਿੱਚ, 1949 ਦੇ ਵਿੱਚ ਆਪਾਂ ਅਡੋਪਟ ਕਰਿਆਗਾ। ਠੀਕ ਹੈ, ਅਡੋਪਟ ਕਦੋਂ ਕਰਿਆ, 1949 ਦੇ ਵਿੱਚ, ਅਤੇ ਅਨੈਕਟ ਕਦੋਂ ਕੀਤਾ ਗਿਆ, 1950 ਦੇ ਵਿੱਚ। ਸੋ ਆਪਸ਼ਨ ਨੰਬਰ ਏ ਦਾ ਰਾਈਟ ਹੋ ਜਾਊਗਾ। ਸੋ ਨੈਕਸਟ ਆਪਾਂ ਦੇਖ ਰਹੇ ਹਾਂ, ਕੁਸ਼ਚਨ ਨੰਬਰ 10 ਤੁਹਾਡੇ ਸਾਹਮਣੇ ਹੈਗਾ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਰਿਗਾਰਡਿੰਗ ਦਾ ਕੋਨਸਟੀਟਿਊਸ਼ਨ ਅਸੈਂਬਲੀ ਆਰ ਟ੍ਰੂ। ਹੁਣ ਦੱਸਣਾ ਹੈ ਕਿ ਜਿਹੜੇ ਇਹਨਾਂ ਦੇ ਵਿੱਚੋਂ ਆਪਾਂ ਨੂੰ ਚਾਰ ਸਟੇਟਮੈਂਟ ਦੱਸਣੀ ਹੈ ਕਿ ਉਹਨਾਂ ਵਿੱਚ ਦੱਸਣਾ ਕਿਹੜੀ ਟ੍ਰੂ ਆ ਕਿਹੜੀ ਨਹੀਂ। ਇਟ ਵਾਜ਼ ਮੋਸਟ ਬੇਸਡ ਔਨ ਅਡਲਟ ਫਰੈਂਚਾਈਜ਼, ਜਾਂ ਫਿਰ ਕਹਿੰਦੇ ਹੈਗੇ ਇਟ ਰਿਜ਼ਲਟ ਵਾ ਡਾਇਰੈਕਟਲੀ ਇਲੈਕਸ਼ਨ, ਇਟ ਵਾਜ਼ ਅ ਮਲਟੀ ਪਾਰਟੀ ਬੋਡੀ, ਇਟ ਵਰਕ ਥਰੂ ਸਰਵਲ ਕਮੇਟੀਜ਼। ਸੋ ਇਹਦਾ ਰਾਈਟ ਕੀ ਹੋਣਾ, ਇਹਦਾ ਰਾਈਟ ਆਪਣਾ ਹੋ ਜੂਗਾ ਜਿਹੜਾ ਕਿ ਅਡਲਟ ਫਰੈਂਚਾਈਜ਼ ਕੋਨਸਟੀਟਿਊਸ਼ਨ ਟ੍ਰੂ ਆਰ ਟ੍ਰੂ। ਸੋ ਟ੍ਰੂ ਕਿਹੜਾ, ਇਹਨਾਂ ਦੇ ਵਿੱਚ ਆਪਾਂ ਇਹ ਦੱਸਾਂਗੇ ਜਿਹੜਾ ਟ੍ਰੂ ਆਪਣਾ, ਇਟ ਵਾਜ਼ ਮਲਟੀ ਪਾਰਟੀ ਬੋਡੀ। ਠੀਕ ਹੈ, ਕਿਉਂਕਿ ਆਪਣੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਬੋਡੀ ਕੰਮ ਕਰਦੀਆਂ, ਪਾਰਟੀ ਬਹੁਤ ਜ਼ਿਆਦਾ, ਤੁਹਾਨੂੰ ਆਪ ਪਤਾ ਹੋਊ, ਕਾਂਗਰਸ, BJP, ਸਪਾ, ਕੋਈ ਆਪਣਾ ਕੀ ਕਹਿੰਦੇ ਹੈਗੇ XYZ, ਬਹੁਤ ਪਾਰਟੀਆਂ ਨੇ, ਆਮ ਆਦਮੀ ਪਾਰਟੀ ਹੈ ਨਾ, ਆਪਣੇ ਬਹੁਤ ਜ਼ਿਆਦਾ ਪਾਰਟੀ ਨੇ। ਇੱਕ ਤਾਂ ਆਪਣਾ 3 ਨੰਬਰ ਸਹੀ ਹੋ ਗਿਆ, ਜਿੱਥੇ 3 ਆ ਏ ਨੂੰ ਕੱਟੋ, 1 ਅਤੇ 2 ਦੀ ਗੱਲ ਹੋਈ ਹੈਗੀ। ਠੀਕ ਹੈ, ਸੋ ਅਡਲਟ ਫਰੈਂਚਾਈਜ਼, ਅਡਲਟ ਫਰੈਂਚਾਈਜ਼ ਵਾਲੀ ਕੋਈ ਗੱਲ ਹੀ ਨਹੀਂ, ਬਾਹਰਲੇ ਆਪਣੇ ਹੈ ਹੀ ਨਹੀਂ, ਜਿੱਥੇ ਤਾਂ ਫਸਟ ਆ ਉਹਨੂੰ ਕੱਟ ਦਿਓ, ਇਹ ਵੀ ਆਪਣਾ ਕੱਟ ਹੋ ਜੂ। ਸੈਕਿੰਡ ਕਹਿੰਦਾ ਡਾਇਰੈਕਟ ਇਲੈਕਸ਼ਨ ਹੁੰਦੇ ਆ, ਜਿਹੜੇ ਆਪਣੇ ਇਲੈਕਸ਼ਨ ਹੁੰਦੇ ਹੈਗੇ ਉਹ ਡਾਇਰੈਕਟ ਨਹੀਂ ਹੁੰਦੇ, ਉਹ ਇਨਡਾਇਰੈਕਟ ਹੁੰਦੇ ਆ। ਰਾਸ਼ਟਰਪਤੀ ਦੇ ਚੋਣ ਹੁੰਦੇ ਹੈਗੇ, ਪ੍ਰੈਜੀਡੈਂਟ ਦੇ ਚੋਣ ਹੁੰਦੇ ਆ, ਉਹ ਡਾਇਰੈਕਟ ਨਹੀਂ ਹੁੰਦੇ, ਉਹ ਇਨਡਾਇਰੈਕਟ ਹੁੰਦੇ ਹੈਗੇ। ਠੀਕ ਹੈ, ਉਹ ਕਿੱਦਾਂ, ਆਪਾਂ ਤੋਂ ਸੁਣਿਆ ਰਾਸ਼ਟਰਪਤੀ ਦੇ ਵੋਟਾਂ ਦੇ ਵਿੱਚ ਆਪਾਂ ਵੋਟ ਪਾਉਣੇ ਹੈਗੇ, ਨਹੀਂ ਪਾਉਂਦੇ ਨਾ ਆਪਾਂ, ਇਲੈਕਸ਼ਨ ਜਿਹੜਾ ਰਾਸ਼ਟਰਪਤੀ ਹੈਗਾ ਆਪਣੇ ਦੇਸ਼ ਦਾ ਪਹਿਲਾ ਜਿਹੜਾ ਪਰਸਨ ਆ ਉਹਨੂੰ ਆਪਾਂ ਵੋਟ ਨਹੀਂ ਪਾਉਂਦੇ। ਜਿਹੜੇ ਆਪਾਂ MLA ਹੁੰਦੇ ਨੇ, ਆਪਣੇ MP ਹੁੰਦੇ ਨੇ, ਉਹ ਚੁਣਦੇ ਨੇ। ਪ੍ਰਧਾਨ ਮੰਤਰੀ ਦੀਆਂ ਵੋਟਾਂ ਸੁਣੀਆਂ, ਕਿਤੇ ਪ੍ਰਧਾਨ ਮੰਤਰੀ ਵਾਸਤੇ ਵੋਟਾਂ ਹੋਈਆਂ, ਜਾਂ ਆਪਾਂ ਕਦੇ ਮੋਦੀ ਨੂੰ ਵੋਟ ਪਾਈਏ, ਬਿਲਕੁਲ ਨਹੀਂ। ਆਪਾਂ ਕਿਹਨੂੰ ਪਾਉਂਦੇ ਹਾਂ, ਜਿਹੜੇ ਮੋਦੀ ਦੇ ਬੰਦੇ ਹੋਏ, ਜਿਹੜੇ ਉਹਨੇ ਇਲੈਕਟ MP ਹੋਏ, ਰਾਜ ਸਭਾ ਦੇ ਮੈਂਬਰ, ਲੋਕ ਸਭਾ ਦੇ ਮੈਂਬਰ ਹੋ ਗਏ, MLA ਹੋ ਗਏ, ਉਹ ਗਾਂਹ ਜਾ ਕੇ ਚੁਣਦੇ ਆ ਆਪਣਾ ਲੀਡਰ। ਓਕੇ, ਸੋ ਆਪਣੀ ਇਨਡਾਇਰੈਕਟ ਇਲੈਕਸ਼ਨ ਹੁੰਦੇ ਆ। ਸੋ ਆਪਸ਼ਨ B ਵੀ ਕੱਟ ਹੋ ਗਿਆ, ਜਿੱਥੇ 2 ਆ ਉਹਨੂੰ ਵੀ ਕੱਟ ਦਿਓ, ਰਹਿ ਕਿਹੜਾ ਗਿਆ ਆਪਣਾ, ਆਪਸ਼ਨ C, 3 ਐਂਡ 4 ਕਰੈਕਟ। ਸੋ ਇਹਦਾ ਰਾਈਟ ਆਂਸਰ ਆਪਸ਼ਨ ਨੰਬਰ C। ਸੋ ਕੁਸ਼ਚਨ ਨੰਬਰ 11 ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਹੈਗਾ, ਹੂ ਅਮੰਗ ਦਾ ਫੋਲੋਇੰਗ ਵਾਜ਼ ਦਾ ਚੇਅਰਮੈਨ ਆਫ ਦਾ ਯੂਨੀਅਨ ਕੋਨਸਟੀਟਿਊਸ਼ਨ ਕਮੇਟੀ ਆਫ ਦਾ ਕੋਨਸਟੀਟਿਊਸ਼ਨ ਅਸੈਂਬਲੀ। ਸੋ ਜਿੱਥੇ ਯੂਨੀਅਨ ਦੀ ਗੱਲ ਆ ਗਈ, ਦੇਖੋ ਇੱਕ ਗੱਲ ਮੇਰੀ ਧਿਆਨ ਨਾਲ ਮੰਨ ਲਓ ਪੱਲੇ, ਕਿ ਜਿੱਥੇ ਗੱਲ ਯੂਨੀਅਨ ਦੀ ਆ ਗਈ ਨਾ, ਜਿਹੜੀ ਵੀ ਕਮੇਟੀ ਦਾ ਨਾਮ ਪੁੱਛਿਆ ਗਿਆ ਕਿ ਇਹਦਾ ਪ੍ਰੈਜੀਡੈਂਟ ਕੌਣ ਸੀਗਾ, ਇਹਦਾ ਚੇਅਰਮੈਨ ਕਿੱਥੇ, ਜਿੱਥੇ ਯੂਨੀਅਨ ਮਤਲਬ ਕਿ ਜਿੱਥੇ ਸੰਘ ਦੀ ਗੱਲ ਆ ਗਈ, ਜਿੱਥੇ ਯੂਨੀਅਨ ਦੀ ਗੱਲ ਆ ਗਈ, ਉੱਥੇ ਅੱਖਾਂ ਬੰਦ ਕਰਕੇ ਜਵਾਹਰ ਲਾਲ ਨਹਿਰੂ ਟਿਕ ਕਰਾਇਆ। ਓਕੇ ਜੀ, ਜਿੱਥੇ ਯੂਨੀਅਨ ਦੀ ਗੱਲ ਆ ਗਈ, ਜਵਾਹਰ ਲਾਲ ਨਹਿਰੂ ਟਿਕ ਕਰਾਇਆ, ਉਸ ਆਪਸ਼ਨ ਨੰਬਰ C ਤੁਹਾਡਾ ਰਾਈਟ। ਨੈਕਸਟ ਆਪਾਂ ਦੇਖ ਦਿਆਂਗੇ, ਹੂ ਅਮੰਗ ਦਾ ਫੋਲੋਇੰਗ ਵਾਜ਼ ਨੋਟ ਏ ਮੈਂਬਰ ਆਫ ਕੋਨਸਟੀਟਿਊਟ ਅਸੈਂਬਲੀ। ਸੋ ਕਹਿੰਦੇ ਕੌਣ ਇਹਨਾਂ ਦੇ ਵਿੱਚੋਂ ਸੰਵਿਧਾਨਿਕ ਸਭਾ ਦਾ ਮੈਂਬਰ ਨਹੀਂ ਸੀ। ਸੋ ਆਪਸ਼ਨ A,
ਸਰਦਾਰ ਵੱਲਭ ਭਾਈ ਪਟੇਲ ਬਿਲਕੁਲ ਸੀਗੇ ਉਹ ਉਸ ਟਾਈਮ, ਤਾਂ ਹੀ ਉਹਨਾਂ ਦਾ ਬੁੱਤ ਬਣਾਇਆ ਗਿਆ ਨਾ, ਕਿ ਇਹਨਾਂ ਨੇ ਅਲੱਗ ਅਲੱਗ ਜਿਹੜੇ ਪ੍ਰਾਂਤ ਸੀ ਉਹਨਾਂ ਨੂੰ ਜੋੜਿਆ ਸੀਗਾ। ਜੇ ਵੀ ਕਿਰਪਲਾਨੀ ਮੈਂ ਤੁਹਾਨੂੰ ਦੱਸਿਆ ਡਰਾਫਟਿੰਗ ਕਮੇਟੀ ਦੇ ਮੈਂਬਰ ਸੀਗੇ, ਕੇ ਐਮ ਮੁਨਸ਼ੀ ਡਰਾਫਟਿੰਗ ਕਮੇਟੀ ਦੇ ਮੈਂਬਰ ਸੀਗੇ, ਬੈਂਕ ਕੇ ਤੋਂ ਆਪਾਂ ਯਾਦ ਰੱਖਿਆ ਸੀ ਕੇ ਐਮ ਮੁਨਸ਼ੀ, ਓਕੇ ਸੋ ਰਹਿ ਕਿਹੜੇ ਗਏ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ, ਇਹ ਮੈਂਬਰ ਨਹੀਂ ਸੀਗੇ। ਜਿਹੜੇ ਮੈਂਬਰ ਨਹੀਂ ਸੀ ਉਹੀ ਆਪਣਾ ਰਾਈਟ ਆਂਸਰ ਹੈ, ਸੋ ਆਪਸ਼ਨ ਨੰਬਰ ਸੀ ਇਹਦਾ ਰਾਈਟ ਹੋਊ। ਸੋ ਕੁਸ਼ਚਨ ਨੰਬਰ 13 ਤੁਹਾਡੀ ਸਕਰੀਨ ਦੇ ਉੱਪਰ ਹੈਗਾ, ਹੂ ਅਮੰਗ ਦਾ ਫੋਲੋਇੰਗ ਇਜ਼ ਦਾ ਫੀਚਰ ਆਫ ਫੈਡਰਲ ਸਟੇਟ। ਇੱਕ ਫੈਡਰਲ ਸਟੇਟ ਕਿਹੜੀ ਹੁੰਦੀ ਆ, ਫੈਡਰਲ ਸਟੇਟ ਉਹ ਹੁੰਦੀ ਹੈ ਜਿਹਦੇ ਵਿੱਚ ਦੋ ਪਾਵਰ ਹੁੰਦੀਆਂ ਸਟੇਟ ਅਤੇ ਸੈਂਟਰ, ਲੇਕਿਨ ਸੈਂਟਰ ਦੇ ਵਿੱਚ ਵੱਧ ਪਾਵਰ ਹੁੰਦੀ ਹੈਗੀ ਕੰਪੈਰੀਜ਼ਨ ਟੂ ਸਟੇਟ ਦੇ ਵਿੱਚ। ਓਕੇ ਹੁੰਦੇ ਗਏ ਦ ਪਾਵਰ ਆਫ ਸੈਂਟਰ ਐਂਡ ਸਟੇਟ ਗੌਰਮੈਂਟ ਆਰ ਕਲੇਰੀਫਾਈ ਲੈਟ ਡਾਊਨ, ਇਟ ਇਜ਼ ਦਾ ਅਨਰਿਟਨ ਕੋਨਸਟੀਟਿਊਸ਼ਨ, ਸਿਲੈਕਟ ਦਾ ਫੋਰਿਨ ਕੋਡ। ਹੁਣ ਕਹਿੰਦੇ ਇਹਦੇ ਵਿੱਚੋਂ ਸਹੀ ਦੱਸੋ ਕਿਹੜਾ ਗਾ, ਇਹਦੇ ਵਿੱਚ ਓਨਲੀ ਇੱਕ ਹੀ ਸਹੀ ਆ ਆਪਣਾ ਆਪਸ਼ਨ ਨੰਬਰ ਏ। ਉਹ ਕਿੱਦਾਂ, ਮੈਂ ਤੁਹਾਨੂੰ ਤਿੰਨ ਚਾਰ ਵਾਰੀ ਦੱਸਤਾ, ਕੱਲ੍ਹ ਵੀ ਦੱਸਿਆ ਸੀਗਾ ਫੈਡਰਲ ਦੇ ਵਿੱਚ ਦੋ ਪਾਵਰ ਹੁੰਦੀਆਂ ਸਟੇਟ ਅਤੇ ਸੈਂਟਰ, ਅਤੇ ਸੈਂਟਰ ਆਪਣੀ ਮੋਰ ਪਾਵਰਫੁਲ ਹੁੰਦੀ ਹੁੰਦੀ ਹੈਗੀ ਕੰਪੈਰੀਜ਼ਨ ਟੂ ਸਟੇਟ, ਠੀਕ ਹੈ। ਸੋ ਆਪਸ਼ਨ ਏ ਹੀ ਸਹੀ ਹੈਗਾ। ਅਨਰਿਟਨ ਕੋਨਸਟੀਟਿਊਸ਼ਨਲ ਤਾਂ ਗੱਲ ਹੀ ਨਹੀਂ ਹੈਗੀ, ਰਿਟਨ ਕੋਨਸਟੀਟਿਊਸ਼ਨ ਹੋਵੇ ਅਨਰਿਟਨ ਹੋਵੇ ਕੋਈ ਇਸ਼ੂ ਨਹੀਂ ਹੈਗਾ। ਸੋ ਆਪਸ਼ਨ ਨੰਬਰ ਏ ਆਪਣਾ ਸਹੀ। ਸੋ 14 ਕੁਸ਼ਚਨ ਨੰਬਰ ਤੁਹਾਡੇ ਸਾਹਮਣੇ, ਹੂ ਅਮੰਗ ਦਾ ਫਸਟ ਫੋਰਨ ਮਿਨਿਸਟਰ ਆਫ ਫਰੀ ਇੰਡੀਆ। ਫਰੀ ਇੰਡੀਆ ਦਾ ਮਤਲਬ ਆ ਕਿ ਜੇ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ ਜਿਹੜਾ ਆਪਣਾ ਫਸਟ ਫੋਰਨ ਮਿਨਿਸਟਰ ਕੌਣ ਸੀਗਾ, ਫੋਰਨ ਮਿਨਿਸਟਰ ਕੌਣ ਸੀਗਾ ਜਿਹੜਾ ਆਪਣਾ ਫਸਟ ਪ੍ਰੈਜੀਡੈਂਟ ਸੀਗਾ, ਫਸਟ ਆਪਣਾ ਸੋਰੀ ਪ੍ਰਾਈਮ ਮਿਨਿਸਟਰ ਸੀ, ਫਸਟ ਪ੍ਰਾਈਮ ਮਿਨਿਸਟਰ ਕੌਣ ਸੀ, ਜਵਾਹਰ ਲਾਲ ਨਹਿਰੂ। ਸਰ ਜਵਾਹਰ ਲਾਲ ਨਹਿਰੂ ਹੀ ਆਪਣੇ ਫੋਰਨ ਮਿਨਿਸਟਰ ਸੀਗੇ। ਸੋ ਆਪਸ਼ਨ ਨੰਬਰ ਏ ਤੁਹਾਡਾ ਸਹੀ ਹੁੰਦਾ ਗਾ। ਅੰਡਰ ਹੂਮ ਅਮੰਗ ਦਾ ਫੋਰਿੰਗ ਵਾਜ ਦਾ ਫਸਟ ਡਰਾਫਟ ਆਫ ਕੋਨਸਟੀਟਿਊਸ਼ਨ ਆਫ ਇੰਡੀਆ ਪ੍ਰਪੇਅਰ ਇਨ ਅਕਤੂਬਰ 1947 ਬਾਈ ਦਾ ਐਡਵਾਈਜ਼ਰੀ ਬੈਂਚ ਆਫ ਆਫਿਸ ਦਾ ਕੋਨਸਟੀਟਿਊਸ਼ਨ ਅਸੈਂਬਲੀ। ਸੋ ਕੌਣ ਸੀ ਇਹ, ਕਿਹਦੇ ਅੰਡਰ, ਮਤਲਬ ਕਿ ਹੋਇਆ ਇਹ ਆਪਣਾ ਅਕਤੂਬਰ 1947 ਦੇ ਵਿੱਚ ਜਾਂ ਐਡਵਾਈਜ਼ਰੀ ਬੈਂਚ ਬਣੀ ਸੀਗੀ ਕੋਨਸਟੀਟਿਊਸ਼ਨ ਅਸੈਂਬਲੀ। ਸੋ ਕੌਣ ਸੀ ਉਹ, ਉਹਨਾਂ ਦਾ ਨੇਮ ਦੱਸਣਾ ਹੈਗਾ, ਉਹ ਸੀ ਆਪਣੇ ਬੀ ਐਨ ਰੋਏ। ਮੈਂ ਤੁਹਾਨੂੰ ਦੱਸਿਆ ਸੀ ਨਾ ਐਡਵਾਈਜ਼ਰੀ ਕੌਣ ਦਿੰਦੀ ਸੀ, ਐਡਵਾਈਜ਼ਰੀ ਬੈਂਚ ਦੇ ਆਪਣੇ ਚੇਅਰਮੈਨ ਕੌਣ ਸੀਗੇ, ਬੀ ਐਨ ਰੋਏ, ਠੀਕ ਹੈ। ਆਪਾਂ ਦੱਸਿਆ ਨਾ ਕੋਨਸਟੀਟਿਊਸ਼ਨ ਅਸੈਂਬਲੀ ਦਾ ਐਡਵਾਈਜ਼ਰ ਕੌਣ ਸੀਗਾ ਪਹਿਲਾਂ, ਕਰਕੇ ਗਈ ਹੈਗੇ ਬੀ ਐਨ ਰੋਏ। ਸੋ ਆਪਸ਼ਨ ਨੰਬਰ ਡੀ ਤੁਹਾਡਾ ਰਾਈਟ। ਨੈਕਸਟ ਹੈਗਾ ਕੁਸ਼ਚਨ ਨੰਬਰ 16, ਹੂ ਅਮੰਗ ਦਾ ਫੋਲੋਇੰਗ ਇਜ਼ ਫੰਡਾਮੈਂਟਲ ਡਿਊਟੀ ਆਫ ਸਿਟੀਜ਼ਨ ਅੰਡਰ ਦਾ ਕੋਨਸਟੀਟਿਊਸ਼ਨ ਆਫ ਇੰਡੀਆ। ਸੋ ਜਿਹੜੀਆਂ ਆਪਾਂ ਫੰਡਾਮੈਂਟਲ ਡਿਊਟੀਜ਼ ਦੱਸੀਆਂ ਸੀ ਮੈਂ ਤੁਹਾਨੂੰ, 51 ਏ ਦੇ ਵਿੱਚ ਆਪਣੀਆਂ ਫੰਡਾਮੈਂਟਲ ਡਿਊਟੀਜ਼ ਨੇ, ਕਹਿੰਦੇ ਆਪਣੇ ਸਿਟੀਜ਼ਨ ਦੀ ਕਿਹੜੀ ਕਿਹੜੀ ਵਨ ਡਿਊਟੀ ਹੈ ਜਿਹੜੀ ਕਿ ਆਪਣੀ ਇੰਡੀਅਨ ਦੇ ਪੀਪਲ ਕੋਲ ਹੁੰਦੀ ਹੈ। ਕਿਹੜੀ ਹੁੰਦੀ ਹੈਗੀ, ਟੂ ਪ੍ਰੋਵਾਈਡ ਫਰੈਂਡਲੀ ਕੋਆਪਰੇਸ਼ਨ ਟੂ ਪੀਪਲ ਆਫ ਦਾ ਨੇਬਰਹੁੱਡ ਕੰਟਰੀ। ਸੋ ਫਰੈਂਡਲੀ ਕਿਉਂ, ਨੇਬਰਹੁੱਡ ਕੰਟਰੀ, ਨੇਬਰ ਮਤਲਬ ਕਿ ਆਪਣੀ ਕੰਟਰੀ ਦੇ ਨਾਲ ਕੋਈ ਗੁਆਂਢੀ ਵਾਲੀ ਕੰਟਰੀ, ਉਹਦੇ ਨਾਲ ਆਪਾਂ ਫਰੈਂਡਲੀ ਰਹਾਂਗੇ, ਬਿਲਕੁਲ ਨਹੀਂ ਹੈਗਾ ਯਾਰ। ਜੇ ਉਹ ਆਪਣਾ ਕੁੱਟੀ ਹੋਣ ਆਪਾਂ ਫਰੈਂਡਲੀ ਦੱਸੀ ਆਈ ਪਾਕਿਸਤਾਨ ਨੂੰ, ਆਪਾਂ ਫਰੈਂਡਲੀ ਰਹਿੰਦੇ, ਬਿਲਕੁਲ ਨਹੀਂ, ਇਹ ਆਪਣਾ ਗਲਤ ਹੋ ਗਿਆ। ਟੂ ਪ੍ਰੋਟੈਕਟ ਮੋਨੂਮੈਂਟ ਆਫ ਨੈਸ਼ਨਲ ਇੰਪੋਰਟੈਂਸ। ਸੋ ਜਿਹੜੇ ਆਪਣੇ ਮੋਨੂਮੈਂਟ ਨੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਆਪਣਾ, ਇਹ ਵੀ ਆਪਣਾ ਹੋਇਆ ਨਹੀਂ ਬਿਲਕੁਲ ਵੀ। ਟੂ ਡਿਫੈਂਡ ਦਾ ਕੰਟਰੀ ਰੈਦਰ ਨੈਸ਼ਨਲ ਸਰਵਿਸ ਕਾਲਡ ਅਪਨ ਡੂ ਨੋ ਸੋ। ਸੋ ਜਿਹੜੀ ਵੀ ਆਪਣੀ ਕੰਟਰੀ ਦੇ ਨਾਲ ਜਿਹੜੀ ਸਰਵਿਸ ਨੇ ਆਪਾਂ ਉਹਨੂੰ ਪ੍ਰੋਟੈਕਟ ਕਰਨਾ, ਜਿਹੜੀ ਆਪਣੀ ਕੰਟਰੀ ਦੀਆਂ ਪਬਲਿਕ ਸਰਵਿਸ ਨੇ, ਪਬਲਿਕ ਪਲੇਸ ਨੇ, ਜਾਂ ਆਪਾਂ ਨੂੰ ਸਰਵਿਸ ਜਿਹੜੀ ਆਪਾਂ ਨੂੰ ਮਿਲ ਰਹੀ ਆ, ਆਪਾਂ ਉਹਨਾਂ ਦਾ ਅਪੋਰਚੁਨਿਟੀ ਨੂੰ ਆਪਾਂ ਗ੍ਰੇਪ ਕਰਨਾ, ਪਲੱਸ ਆਪਾਂ ਉਹਨੂੰ ਪ੍ਰੋਟੈਕਟ ਕਰਨਾ। ਆਪਸ਼ਨ ਨੰਬਰ ਸੀ ਆਪਣਾ ਰਾਈਟ ਆ 16 ਦਾ। ਓਕੇ ਜੀ, ਹਿਸਟਰੀ ਆਫ ਇੰਡੀਆ, ਇਹ ਵੀ ਗਲਤ ਆਪਣਾ, ਟੂ ਨੋ ਮੋਰ ਐਂਡ ਮੋਰ ਅਬਾਊਟ ਦਾ ਹਿਸਟਰੀ ਆਫ ਇੰਡੀਆ। ਸੋ ਇੰਡੀਆ ਦੀ ਹਿਸਟਰੀ ਬਾਰੇ ਵੱਧ ਤੋਂ ਵੱਧ ਪਤਾ ਕਰੋ, ਇਹ ਆਪਾਂ ਨੂੰ ਡਿਊਟੀ ਨਹੀਂ ਹੈਗੀ, ਇਹ ਤਾਂ ਆਪਾਂ ਜਨਰਲ ਨੌਲੇਜ ਵਾਸਤੇ, ਆਪਣੇ ਇੰਟਰਸਟ ਵਾਸਤੇ ਪਤਾ ਕਰਦੇ ਹਾਂ। ਓਕੇ ਜੀ।
ਸੋ ਇਹਦਾ ਰਾਈਟ ਆਨਸਰ ਆਪਸ਼ਨ ਨੰਬਰ ਸੀ। ਸੋ ਨੈਕਸਟ ਤੁਹਾਡੇ ਕੋਲ ਕੁਸ਼ਚਨ ਆ, ਕੁਸ਼ਚਨ ਨੰਬਰ 17 ਤੁਹਾਡੀ ਸਕਰੀਨ ਦੇ ਉੱਪਰ ਹੈਗਾ। ਸੋ ਕੁਸ਼ਚਨ ਨੰਬਰ 17 ਦੇ ਵਿੱਚ ਇਹ ਹੈਗਾ, ਦਾ ਫਸਟ ਇਫੈਕਟ ਬਾਈ ਡਰਾਫਟਿੰਗ ਏ ਡੋਮੀਨੈਂਟ ਸਟੇਟਸ ਦਾ ਕੋਨਸਟੀਟਿਊਸ਼ਨ ਆਫ ਇੰਡੀਆ ਵਾਜ ਮੇਡ ਇਨ ਰਿਸਪੋਂਸ ਟੂ ਦਾ। ਸੋ ਜਿਹੜਾ ਕਹਿੰਦਾ ਇਫੈਕਟ ਕੀ ਆ, ਡਰਾਫਟਿੰਗ ਡੋਮੀਨੈਂਟ ਸਟੇਟਸ ਦੀ ਡਿਮਾਂਡ ਆ ਉਹ ਫਸਟ ਕਦੋਂ ਕੀਤੀ ਗਈ, ਇਹ ਕਦੋਂ ਜੇ ਡੋਮੀਨੈਂਟ ਸਟੇਟਸ ਦੀ ਡਿਮਾਂਡ ਹੋਈ ਹੈਗੀ ਫਸਟ ਟਾਈਮ ਆਪਣਾ ਜੇ ਕਿ ਡਰਾਫਟ ਕਦੋਂ ਹੋਇਆ ਇਹ ਆਪਣਾ ਦੱਸਣਾ ਹੈਗਾ ਕਿ ਮਿੰਟੋ ਮਾਰਲੇ ਰਿਫੋਰਮ ਆਇਆ ਇਹ ਕਦੋਂ ਆਏ ਸੀਗੇ ਆਪਣੇ, ਇਹ ਆਪਣੇ ਆਏ ਸੀ ਮਿੰਟੋ ਮਾਰਲੇ ਰਿਫੋਰਮ ਆਏ ਸੀ 1909 ਦੇ ਵਿੱਚ। ਫਿਰ ਆਪਣੇ ਕਹਿੰਦੇ ਮੌਂਟੇ ਚੈਮਸਫੋਰਡ ਰਿਫੋਰਮ ਇਹ ਕਦੋਂ ਆਏ ਸੀ, ਇਹ ਆਏ ਸੀ ਆਪਣੇ 1919 ਦੇ ਵਿੱਚ। ਹਿਸਟਰੀ ਦੇ ਟੋਪਿਕ ਨੇ ਇਹ, ਹਿਸਟਰੀ ਦੇ ਵਿੱਚ ਤੁਹਾਨੂੰ ਮੇਨ ਕਵਰ ਹੋਣਗੇ ਇਹ। ਸਾਈਨਵਾ ਕਮਿਸ਼ਨ ਕਦੋਂ ਆਇਆ, ਜਦੋਂ ਆਪਣੇ ਪੰਜਾਬ ਦੇ ਲਾਲਾ ਲਾਜਪਤ ਰਾਏ ਜੀ ਦੇ ਲਾਠੀ ਵੱਜੀ ਸੀਗੀ ਅਤੇ ਉਹਨਾਂ ਦੀ ਡੈਥ ਹੋ ਗਈ ਸੀਗੀ, ਇਹ 1928 ਦੇ ਵਿੱਚ ਆਏ ਸੀ ਸਾਈਮਨ ਕਮਿਸ਼ਨ। ਸੋ ਸਾਈਮਨ ਕਮਿਸ਼ਨ ਦੇ ਕਿਉਂ ਆਏ ਸੀ, ਇਹ ਇਫੈਕਟ ਕੀ ਸੀ ਇਹਦਾ, ਡਰਾਫਟਿੰਗ ਡੋਮੀਨੈਂਟ ਸਟੇਟਸ ਦੀ ਡਿਮਾਂਡ ਕਰੀ ਗਈ ਸੀ। ਸੋ ਇਹਦਾ ਰਾਈਟ ਆਨਸਰ ਵੀ ਆਪਣਾ ਸਾਈਮਨ ਕਮਿਸ਼ਨ ਹੀ ਆਉਣਾ। ਸਾਈਮਨ ਕਮਿਸ਼ਨ 1928 ਦੇ ਵਿੱਚ ਇੰਡੀਆ ਆਏ ਸੀਗੇ ਜਦੋਂ ਨਾਰੇ ਲਾਏ ਗਏ ਸੀਗੇ ਗੋ ਬੈਕ ਸਾਈਮਨ ਕਮਿਸ਼ਨ। ਓਕੇ ਜੀ। ਸੋ ਫਸਟ ਰਾਊਂਡ ਟੇਬਲ ਕਾਨਫਰੰਸ ਇਹ ਕਦੋਂ ਹੁੰਦੀ ਹੈ, ਇਹ 1930 ਦੇ ਵਿੱਚ ਹੁੰਦੀ ਹੈ, ਲੰਡਨ ਦੇ ਵਿੱਚ ਹੁੰਦੀ ਹੈ। ਓਕੇ ਜੀ, ਚਲੋ ਇਹ ਤੁਹਾਡੇ ਅੱਜ ਦੇ ਕੁਸ਼ਚਨ ਨੇ, ਕੱਲ੍ਹ ਨੂੰ ਆਪਾਂ ਸ਼ੁਰੂ ਕਰਾਂਗੇ ਨੈਕਸਟ ਕੁਸ਼ਚਨ ਜਿਹੜੇ ਤੁਹਾਡੇ ਰਹਿ ਗਏ। ਸੋ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਅਤੇ ਧਿਆਨ ਨਾਲ ਦੇਖਿਓ ਵੀਡੀਓ ਨੂੰ ਇੱਕ ਦੋ ਵਾਰੀ ਦੇਖਿਓ ਤਾਂ ਕਿ ਤੁਹਾਡੇ ਜਿਹੜੇ ਕੁਸ਼ਚਨ ਆਪਾਂ ਪੜ੍ਹੇ ਨੇ ਇਹ ਪ੍ਰੋਪਰ ਵਧੀਆ ਤਰੀਕੇ ਨਾਲ ਤੁਹਾਡੇ ਮਾਇੰਡ ਦੇ ਵਿੱਚ ਇਹ ਇੱਕ ਛਪ ਜਾਣ, ਕਿਉਂਕਿ ਇੱਥੋਂ ਹੀ ਤੁਹਾਨੂੰ ਕੁਸ਼ਚਨ ਪੁੱਛੇ ਜਾਣਗੇ। ਥੈਂਕ ਯੂ ਸੋ ਮਚ, ਆਈ ਹੋਪ ਤੁਹਾਨੂੰ ਸਮਝ ਆਇਆ ਹੋਊਗਾ।